ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅੱਜ ਦਾ ਸਾਡਾ ਟਾਪਿਕ ਬਹੁਤ ਹੀ ਔਨ ਡਿਮਾਂਡ ਆ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆ ਰਹੇ ਸੀ ਕਿ ਸਾਨੂੰ ਕਰੰਟ ਅਫੇਅਰ 1 ਸਾਲ ਦੀ ਕਰਵਾਈ ਜਾਵੇ ਕਿਉਂਕਿ ਜਿਹੜੇ ਸਟੂਡੈਂਟਸ ਆਲਰੇਡੀ ਐਗਜ਼ਾਮ ਦਿੰਦੇ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੋਵੇਗਾ ਕਿ ਕਰੰਟ ਅਫੇਅਰ ਸਾਡੇ ਲਈ 1 ਸਾਲ ਦੀ ਇੰਪੋਰਟੈਂਟ ਹੁੰਦੀ ਆ ਪਰ ਫਿਰ ਵੀ ਕਿਉਂਕਿ ਇੰਨਾ ਸਿਲੇਬਸ ਕਵਰ ਕਰਨਾ ਔਖਾ ਹੁੰਦਾ ਵਾ ਤਾਂ ਟੀਚਰਸ ਤੁਹਾਨੂੰ ਬੋਲ ਦਿੰਦੇ ਆ ਕਿ ਤੁਸੀਂ 6 ਮੰਥ ਦੀ கரੰਟ ਅਫੇਅਰ ਹੀ ਕਰ ਲੋ ਇੰਨੀ ਤੁਹਾਡੇ ਲਈ ਸਫੀਸੈਂਟ ਹੋਵੇਗੀ ਪਰ ਤੁਹਾਡੇ ਲਈ 1 ਸਾਲ ਦੀ கரੰਟ ਅਫੇਅਰ ਹੀ ਇੰਪੋਰਟੈਂਟ ਹੁੰਦੀ ਆ ਤੁਸੀਂ ਕੋਈ ਵੀ ਸਿਲੇਬਸ ਕੋਈ ਵੀ ਸਿਲੇਬਸ ਕੋਈ ਵੀ ਤੁਸੀਂ ਐਗਜ਼ਾਮ ਉਠਾ ਕੇ ਦੇਖ ਸਕਦੇ ਹੋ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ கரੰਟ ਅਫੇਅਰ 1 ਸਾਲ ਦੀ ਹੀ ਪੁੱਛੀ ਜਾਂਦੀ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ 1 ਸਾਲ ਦੀ ਕਰੰਟ ਅਫੇਅਰ ਦਾ ਪੂਰੇ ਦਾ ਪੂਰਾ ਨਿਚੋੜ ਕਵਰ ਕਰਾਂਗੇ ਅਸੀਂ ਡਿਸਕਸ ਕਰਾਂਗੇ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਦੇ ਸਾਰੇ ਹੀ ਮਹੱਤਵਪੂਰਨ ਕਰੰਟ ਅਫੇਅਰ ਜਿਹੜੇ ਕਿ ਪੰਜਾਬ ਦੇ ਹਰੇਕ ਐਗਜ਼ਾਮ ਦੇ ਲਈ ਇੰਪੋਰਟੈਂਟ ਹੋਣਗੇ ਪੰਜਾਬ ਤਾਂ ਕਿ ਭਾਰਤ ਦੇ ਹਰੇਕ ਐਗਜ਼ਾਮ ਦੇ ਲਈ ਇੰਪੋਰਟੈਂਟ ਹੋਣਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਕਰੰਟ ਅਫੇਅਰ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਭਾਰਤ ਅਤੇ ਭਾਰਤ ਦੇ ਗੁਆਂਢੀ ਦੇਸ਼ਾਂ ਦੀ ਪੁੱਛੀ ਜਾਂਦੀ ਆ ਤੇ ਅਸੀਂ ਜੋ ਕਰੰਟ ਅਫੇਅਰ ਕਰਨ ਵਾਲੇ ਆ ਇਹ ਅਸੀਂ ਅੰਤਰਰਾਸ਼ਟਰੀ ਪੱਧਰ ਦੀ ਕਹਿ ਸਕਦੇ ਆ ਜਾਂ ਫਿਰ ਨੈਸ਼ਨਲ ਲੈਵਲ ਤੋਂ ਇੰਟਰਨੈਸ਼ਨਲ ਲੈਵਲ ਦੀ ਕਰੰਟ ਅਫੇਅਰ ਅਸੀਂ ਕਵਰ ਕਰਾਂਗੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਇੰਨੀ ਖ ਜ਼ਿਆਦਾ ਇੰਪੋਰਟੈਂਟ ਆ ਮੈਂ ਸਾਰੇ ਹੀ ਐਮਸੀਕਿਊ ਸਿਲੈਕਟਡ ਅਤੇ ਇੰਪੋਰਟੈਂਟ ਲਏ ਆ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਸ ਰਾਜ ਦੇ ਲਿਵਿੰਗ ਰੂਟ ਵਿਰਜ਼ ਨੂੰ ਯੂਨੈਸਕੋ ਦੀ ਵਿਰਾਸਤ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹਾਂਜੀ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਜਦੋਂ ਵੀ ਇਸ ਦੇ ਵਿੱਚ ਕੋਈ ਨਾ ਕੋਈ ਚੀਜ਼ ਐਡ ਕਰ ਲਈ ਜਾਂਦੀ ਆ ਤਾਂ ਦੈਟ ਮੀਨਸ ਉਹ ਯੂਨੈਸਕੋ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਉਸ ਦੀ ਸਾਰੀ ਦੇਖਰੇਖ ਯੂਨੈਸਕੋ ਦੇ ਕੋਲ ਆ ਜਾਂਦੀ ਆ ਤਾਂ ਹੁਣ ਰੀਸੈਂਟਲੀ ਗੋਆ ਦੇ ਗੋਆ ਦੇ ਲਿਵਿੰਗ ਰੂਟ ਵਿਰਿਜ਼ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਹ ਗੋਆ ਦੇ ਤੱਟ ਤੇ ਬਣਿਆ ਹੋਇਆ ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਆ ਜੀ हाल ही ਵਿੱਚ ਕਿਸ ਰਾਜ ਵਿੱਚ ਗੂੜੀ ਪਦਵਾ ਤਿਉਹਾਰ ਮਨਾਇਆ ਗਿਆ ਹਾਂਜੀ ਦੇਖੋ ਆਪਾਂ ਇੱਥੇ ਇੱਕ ਸਾਲ ਦੀ ਕਰੰਟ ਅਫੇਅਰ ਕਵਰ ਕਰ ਰਹੇ ਹਾਂ ਤਾਂ ਮੈਂ ਤੁਹਾਨੂੰ ਕਿਸੇ ਵੀ ਰਾਜ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਜੋ ਫੈਕਟ ਬਣਦੇ ਨੇ ਉਹ ਜਿਵੇਂ ਆਪਾਂ ਡੇ ਬਾਈ ਡੇ ਕਰਦੇ ਆ ਉਸ ਦੇ ਵਿੱਚ ਤਾਂ ਜ਼ਰੂਰ ਦੱਸਦੀ ਆ ਪਰ ਇਸ ਦੇ ਵਿੱਚ ਨਹੀਂ ਦੱਸ ਰਹੀ ਕਿਉਂਕਿ ਤੁਹਾਨੂੰ ਪਤਾ ਸੀ 1 ਸਾਲ ਦੀ ਕਰੰਟ ਅਫੇਅਰ ਕਵਰ ਕਰਨ ਵਾਲੀ ਆ ਠੀਕ ਹੈ ਤੇ ਜਿਹੜੇ ਸਟੂਡੈਂਟਸ ਡੇ ਬਾਈ ਡੇ ਪੂਰੀ ਡਿਟੇਲ ਦੇ ਵਿੱਚ ਕਰਨਾ ਚਾਹੁੰਦੇ ਨੇ ਜੋ ਮਤਲਬ ਕਿ ਇੰਪੋਰਟੈਂਟ ਐਮਸੀਕਿਊ ਦੇ ਨਾਲ ਰਿਲੇਟਿਡ ਫੈਕਟ ਬਣ ਸਕਦਾ ਵਾ ਉਹ ਤਾਂ ਮੈਂ ਤੁਹਾਨੂੰ ਦੱਸਾਂਗੀ ਪਰ ਕਿਸੇ ਰਾਜ਼ ਦੀ ਗੱਲ ਕਰ ਰਹੇ ਆ ਜਿਵੇਂ ਗੋਆਜ਼ ਦੀ ਕੈਪੀਟਲ ਗਵਰਨਰ ਚੀਫ ਮਿਨਿਸਟਰ ਇਹ ਮੈਂ ਤੁਹਾਨੂੰ ਡੇ ਬਾਈ ਡੇ ਜਿਹੜਾ ਕਵਰ ਕਰਵਾਉਣੀ ਆ ਕਿ ਕਿਹੜੇ ਨੈਸ਼ਨਲ ਪਾਇਰਕ ਕਿਵੇਂ ਆ ਠੀਕ ਹੈ ਉਹ ਤੁਸੀਂ ਡਿਟੇਲ ਦੇ ਵਿੱਚ ਜੇ ਕਰਨਾ ਚਾਹੁੰਦੇ ਹੋ ਤੁਸੀਂ 2022 ਦੀ ਜੇ ਪੂਰੀ ਕਰੰਟ ਅਫੇਅਰ ਕਵਰ ਕਰ ਲੈਣੇ ਹੋ ਤਾਂ ਯਕੀਨ ਮੰਨਿਓ ਤੁਹਾਨੂੰ ਜੀਕੇ ਦੇ ਵਿੱਚ ਤੁਹਾਡਾ ਜਿਹੜਾ ਪਾਰਾ ਵਾ ਇੰਨਾ ਜ਼ਿਆਦਾ ਹਾਈ ਹੋ ਜਾਣਾ ਕਿ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ ਤੁਹਾਡੀ ਨੌਲੇਜ ਦੇ ਵਿੱਚ ਕੀ ਇਨਕਰੀਮੈਂਟ ਹੋਇਆ ਇੱਕ ਕਰੰਟ ਅਫੇਅਰ ਨੂੰ 10 ਮਿੰਟ 10-10 ਮਿੰਟ ਨਾਲ ਕਵਰ ਕਰਨ ਦੇ ਨਾਲ ਤੁਸੀਂ 7 ਦਿਨਾਂ ਦੇ ਵੀ ਕਰ ਲੋਗੇ ਨਾ ਤੁਹਾਨੂੰ ਆਪਣੇ ਆਪ ਹੀ ਪਤਾ ਚਲ ਜਾਊਗਾ ਕਿ ਕੀ ਇਨਕਰੀਮੈਂਟ ਹੋ ਰਿਹਾ ਸਾਲਾਂ ਦੀ ਤਾਂ ਤੁਸੀਂ ਫਿਰ ਆਪ ਹੀ ਕਰੋਗੇ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੋ ਮੈਂ ਮੈਂ ਤੁਹਾਡੇ ਲਈ ਇੰਪੋਰਟੈਂਟ ਐਮਸੀਕਿਊ ਕੱਢਿਆ ਉਹਦੇ ਵਿੱਚੋਂ ਇੱਕ ਸਾਲ ਦੇ ਵਿੱਚੋਂ ਤਾਂ ਇਹਨੀ ਮਿਹਨਤ ਦੇ ਨਾਲ ਮੈਂ ਜੋ ਪੀਡੀਐਫ ਬਣਾਇਆ ਵਾ ਤੁਮ ਇਸ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤੁਸੀਂ ਤਾਂ ਹਾਲ ਹੀ ਵਿੱਚ ਕਿਸ ਰਾਜ ਵਿੱਚ ਗੂੜੀ ਪਦਵਾ ਤਿਹਾਰ ਮਨਾਇਆ ਗਿਆ ਤਾਂ ਇਹ ਮਨਾਇਆ ਗਿਆ ਹੈ ਜੀ ਮਹਾਰਾਸ਼ਟਰ ਦੇ ਵਿੱਚ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਇਹ ਤਿਹਾਰਾ ਜਿਹੜਾ ਨਰਾਤਿਆਂ ਦੀ ਸਟਾਰਟਿੰਗ ਦੇ ਵਿੱਚ ਸ਼ੁਰੂ ਹੁੰਦਾ ਅਗਲਾ ਪ੍ਰਸ਼ਨ ਕਿਸ ਦੁਆਰਾ ਲਿਖੀ ਗਈ ਕਿਤਾਬ ਦੀ ਟਾਈਗਰ ਆਫ ਡ੍ਰੈਸ ਹਾਲ ਹੀ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ ਹਾਂਜੀ ਦੀ ਟਾਈਗਰ ਆਫ ਡ੍ਰੈਸ ਇਹ ਕੈਪਟਨ ਅਨੁਜ ਨૈયਰ ਦੀ ਕਹਾਣੀ ਆ ਤੇ ਕੈਪਟਨ ਅਨੁਜ ਨૈયਰ ਨੂੰ ਕਾਰਗਲ ਹੀਰੋ ਮੰਨਿਆ ਜਾਂਦਾ ਤੇ ਬੁੱਕ ਲਿਖੀ ਆ ਮੀਨਾ ਨૈયਰ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਫਾਸਟਰ ਨਾਮ ਦਾ ਇੱਕ ਨਵਾਂ ਸੌਫਟਵੇਅਰ ਕਿਸ ਨੇ ਲਾਂਚ ਕੀਤਾ ਹਾਂਜੀ ਫਾਸਟਰ ਫਾਸਟਰ ਨਾਮ ਦਾ ਸੌਫਟਵੇਅਰ ਲਾਂਚ ਕੀਤਾ ਹੈ ਐਨਵੀ ਰਮਣਾ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਫਾਸਟਰ ਇੱਕ ਸੌਫਟਵੇਅਰ ਆ ਜਿਸ ਦੀ ਫੁੱਲ ਫਾਰਮ ਆ ਫਾਸਟ ਐਂਡ ਸਿਕਿਉਰਡ ਟ੍ਰਾਂਸਪੋਜ਼ ਟ੍ਰਾਂਸਪੀਸ਼ਨ ਆਫ ਇਲੈਕਟ੍ਰੋਨਿਕਸ ਰਿਕਾਰਡ ਦਿਵਾਰਾ ਰਿਪੀਟ ਕਰ ਦਿੰਨੀ ਆ ਫਾਸਟ ਐਂਡ ਸਿਕਿਉਰਡ ਟ੍ਰਾਂਸਪੀਸ਼ਨਸ ਆਫ ਇਲੈਕਟ੍ਰੋਨਿਕਸ ਰਿਕਾਰਡ ਅਗਲਾ ਪ੍ਰਸ਼ਨ ਆ हाल ही ਵਿੱਚ ਭਾਰਤ ਵਿੱਚ ਸਬਜ਼ੀਆਂ ਦਾ ਸਭ ਤੋਂ ਵੱਡਾ ਉਤਪਾਦਕ ਕਿਹੜਾ ਰਾਜ ਬਣਿਆ ਹਾਂਜੀ ਸਬਜ਼ੀਆਂ ਦਾ ਸਭ ਤੋਂ ਵੱਡਾ ਉਤਪਾਦਕ ਹੁਣ ਤੱਕ ਸੀ ਪੱਛਮੀ ਬੰਗਾਲ ਪਰ ਪੱਛਮੀ ਬੰਗਾਲ ਨੂੰ ਪਿੱਛੇ ਛੱਡ ਕੇ ਸਬਜ਼ੀਆਂ ਦਾ ਸਭ ਤੋਂ ਵੱਡਾ ਉਤਪਾਦਕ ਬਣ ਗਿਆ ਉੱਤਰ ਪ੍ਰਦੇਸ਼ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਸੈਕਿੰਡ ਤੇ ਹੈ ਪੱਛਮੀ ਬੰਗਾਲ ਥਰਡ ਤੇ ਹੈ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਸੁਣ ਕੇ ਕੁਝ ਜ਼ਿਆਦਾ ਹੈ ਮੱਧ ਪ੍ਰਦੇਸ਼ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਵੀ ਟੌਪ ਤੇ ਆ ਇਸ ਦੇ ਵਿੱਚ 10 ਨੈਸ਼ਨਲ ਪਾਰਕ ਆ ਆਂਡੇਮਾਨ ਨਿਕੋਬਰ ਸੈਕਿੰਡ ਤੇ ਆ ਇਸ ਵਿੱਚ 9 ਨੈਸ਼ਨਲ ਪਾਰਕ ਆ ਅਸਾਮ 3rd ਤੇ ਆ ਇਸ ਵਿੱਚ 7 ਨੈਸ਼ਨਲ ਪਾਰਕ ਆ ਠੀਕ ਹੈ ਤੇ ਹੁਣ ਅਸੀਂ ਗੱਲ ਕੀਤੀ ਆ ਸਬਜ਼ੀਆਂ ਦੀ ਜੇ ਫਲਾਂ ਦੇ ਉਤਪਾਦਨ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਟੌਪ ਤੇ ਆ ਸੈਕਿੰਡ ਤੇ ਆ ਮਹਾਰਾਸ਼ਟਰ 3rd ਤੇ ਆ 3rd ਤੇ ਆ ਉੱਤਰ ਪ੍ਰਦੇਸ਼ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਮਤੂਆ ਧਰਮ ਮਹਾ ਮੇਲਾ 2022 ਹਾਲ ਹੀ ਵਿੱਚ ਕਿੱਥੇ ਉਯੋਜਿਤ ਕੀਤਾ ਜਾ ਰਿਹਾ ਹਾਂਜੀ ਮਤੂਆ ਧਰਮ ਮਹਾ ਮੇਲਾ 2022 ਉਯੋਜਿਤ ਕੀਤਾ ਗਿਆ ਪਸ਼ਮੀ ਬੰਗਾਲ ਦੇ ਵਿੱਚ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਅਖਿਲ ਭਾਰਤੀ ਮਤੂਆ ਮਹਾ ਸੰਗ ਦੇ ਦੁਆਰਾ ਇਸ ਦਾ ਆਯੋਜਨ ਕੀਤਾ ਜਾਂਦਾ ਅਗਲਾ ਪ੍ਰਸ਼ਨ FIFA ਵਿਸ਼ਵ ਕੱਪ 2022 ਲਈ ਹਾਲ ਹੀ ਵਿੱਚ ਨਵੀਂ ਗੇਂਦ ਜਾਰੀ ਕੀਤੀ ਗਈ ਹਾਂਜੀ FIFA ਵਿਸ਼ਵ ਕੱਪ 2022 ਜਿਸ ਤੇ ਮੈਂ ਲੱਗ ਤੇ ਵੀਡੀਓ ਵੀ ਬਣਾਈ ਆ ਇਸ ਦੇ ਲਈ ਨਵੀਂ ਗੇਂਦ ਜਾਰੀ ਕੀਤੀ ਆ ਕਿੰਨਾ ਨੇ ਕੀਤੀ ਆ ਜਾਂ ਨਵੀਂ ਗੇਂਦ ਜਿਹੜੀ ਜਾਰੀ ਕੀਤੀ ਗਈ ਹੈ ਉਹ ਹੈ ਅਲ ਰੇਲਹਾ ਠੀਕ ਹੈ ਇਹ ਜਿਹੜੀ ਅਲ ਰੇਲਹਾ ਦਾ ਜੇਕਰ ਅਸੀਂ ਗੱਲ ਕਰੀਏ ਜਿਹੜਾ FIFA ਵਿਸ਼ਵ ਕੱਪ ਆ 2022 ਵਾਲੇ ਪਹਿਲਾਂ ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਤਰ ਦੇ ਵਿੱਚ ਹੋਇਆ ਠੀਕ ਹੈ ਤੇ ਅਲ ਰਿਲਹਾ ਰਹਿਲਾ ਇਸ ਦੀ ਇਹ ਅਰਬੀ ਦਾ ਸ਼ਬਦ ਆ ਹਿੰਦੀ ਦੇ ਵਿੱਚ ਇਸ ਦਾ ਮਤਲਬ ਆ ਇੱਕ ਯਾਤਰਾ ਤੇ ਐਡੀਡਾਸ ਨੇ ਜਾਰੀ ਕੀਤੀ ਆ ਠੀਕ ਹੈ ਕਿਸ ਦੁਆਰਾ ਜਾਰੀ ਕੀਤੀ ਗਈ ਆ ਐਡੀਡਾਸ ਦੁਆਰਾ ਜਾਰੀ ਕੀਤੀ ਗਈ ਆ ਅਤੇ ਲਗਭਗ 1970 ਤੋਂ ਜੋ ਵੀ ਗੇਮ ਜਾਰੀ ਹੁੰਦੀ ਆ ਉਹ ਐਡੀਡਸ ਐਡੀਡਾਸ ਹੀ ਜਾਰੀ ਕਰਦਾ ਠੀਕ ਹੈ ਐਡੀਡਾਸ ਇੱਕ ਗੇਮਿੰਗ ਬ੍ਰਾਂਡ ਆ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਐਨਡੀਏ ਦਾ ਨਵਾਂ ਕਮਾਂਡੈਂਟ ਕੌਣ ਬਣਿਆ ਐ ਐਨਡੀਏ ਜੈਨਕੀ ਨੈਸ਼ਨਲ ਡਿਫੈਂਸ ਅਕੈਡਮੀ ਇਹ ਨਵੇਂ ਕਮਾਂਡੈਂਟ ਬਣੇ ਆ ਵਾਇਸ ਐਡਮਿਰਲ ਅਜੇ ਕੋਚਰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਕਿਸ ਨੇ ਜਿੱਤਿਆ ਹਾਂਜੀ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਇਹ ਕਿਸ ਨੇ ਜਿੱਤਿਆ ਹੈ ਆਸਟ੍ਰੇਲੀਆ ਨੇ ਜਿੱਤਿਆ অপশন নাম্বার বি ইজ দা রাইট आंसर ਤੇ ਇਹ ਨਿਊਜ਼ੀਲੈਂਡ ਦੇ ਵਿੱਚ ਹੋਇਆ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ ਹੋਏ ਨੇ ਠੀਕ ਹੈ मोस्ट ਇੰਪੋਰਟੈਂਟ ਆ ਆਈਸੀਸੀ ਮਹਿਲਾ ਵਿਸ਼ਵ ਕੱਪ 2022 ਕਿੱਥੇ ਹੋਇਆ ਇਹ ਹੋਇਆ ਜੀ ਨਿਊਜ਼ੀਲੈਂਡ ਦੇ ਵਿੱਚ ਕਿੰਮਾ ਐਡੀਸ਼ਨ ਸੀ 8ਵਾਂ ਐਡੀਸ਼ਨ ਸੀ ਕਿਹੜੇ ਦੇਸ਼ ਨੇ ਜਿੱਤੇ ਆ ਆਸਟ੍ਰੇਲੀਆ ਨੇ ਜਿੱਤੇ ਆ ਆਈਸੀਸੀ ਦੀ ਫੁੱਲ ਫਾਰਮ ਕੀ ਆ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਠੀਕ ਹੈ ਇਸ ਦੀ ਸਥਾਪਨਾ ਕਦੋਂ ਹੋਈ 1909 ਦੇ ਵਿੱਚ ਇਸ ਦਾ ਹੈੱਡ ਕੁਆਰਟਰ ਦੁਬਈ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਨੇ ਗ੍ਰੇਗ ਵਾਰਕਲੇ ਅਗਲਾ ਪ੍ਰਸ਼ਨ ਕੇਸ ਨੇ ਲੋਕ ਸਭਾ ਵਿੱਚ ਇੰਡੀਅਨ ਅੰਟਾਰਕਟਿਕ ਵਿਲ 2022 ਪੇਸ਼ ਕੀਤਾ ਹਾਂਜੀ ਲੋਕ ਸਭਾ ਦੇ ਵਿੱਚ ਇੰਡੀਅਨ ਅੰਟਾਰਕਟਿਕ ਵਿਲ 2022 ਪੇਸ਼ ਕੀਤਾ ਡਾਕਟਰ ਜਤਿੰਦਰ ਸਿੰਘ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਇਹ ਭੂ ਮ ਵਿਗਿਆਨ ਮੰਤਰਾਲੇ ਦੇ ਰਾਜ ਮੰਤਰੀ ਆ ਅਗਲਾ ਪ੍ਰਸ਼ਨ ਕਿਸ ਰਾਜ ਨੂੰ 13 ਨਵੇਂ ਜ਼ਿਲ੍ਹਿਆਂ ਵਾਲਾ ਨਵਾਂ ਨਕਸ਼ਾ ਮਿਲਿਆ ਹਾਂਜੀ 13 ਨਵੇਂ ਜ਼ਿਲ੍ਹਿਆਂ ਵਾਲਾ ਨਕਸ਼ਾ ਮਿਲਿਆ ਵਾ ਆਂਧਰਾ ਪ੍ਰਦੇਸ਼ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਂਸਰ ਆਂਧਰਾ ਪ੍ਰਦੇਸ਼ ਦੇ ਵਿੱਚ ਹੁਣ ਟੋਟਲ 26 ਜ਼ਿਲ੍ਹੇ ਹੋ ਗਏ ਨੇ ਕਿੰਨੇ ਹੋ ਗਏ 26 ਹੋ ਗਏ ਨੇ 13 ਨਵੇਂ ਜ਼ਿਲ੍ਹਿਆਂ ਦਾ ਉਦਘਾਟਨ ਆਂਧਰਾ ਪ੍ਰਦੇਸ਼ ਦੇ ਚੀਫ ਮਨਿਸਟਰ ਜਗਨ ਮੋਹਨ ਰੈਡੀ ਨੇ ਵਰਚੂਅਲੀ ਕੀਤਾ ਅਗਲਾ ਪ੍ਰਸ਼ਨ ਆ ਜੀ हाल ही ਵਿੱਚ WHO ਨੇ ਕਿਹੜੀ ਕੋਵਿਡ ਵੈਕਸੀਨ ਦੀ ਸਪਲਾਈ ਬੰਦ ਕਰ ਦਿੱਤੀ ਹਾਂਜੀ ਕੋਵਿਡ ਵੈਕਸੀਨ ਦੀ ਸਪਲਾਈ WHO ਨੇ ਬੰਦ ਕੀਤੀ ਆ ਕੋਵੈਕਸੀਨ ਦੀ অপਸ਼ਨ ਸੀ ਇਸ ਆ ਰਾਈਟ ਆਨਸਰ ਦੇਖੋ WHO ਨੇ ਕਲੀਅਰ ਕੀਤਾ ਕਿ ਇਹ ਜੋ ਵੈਕਸੀਨ ਆ ਇਹ ਪੂਰੀ ਤਰ੍ਹਾਂ ਸੁਰੱਖਿਅਤ ਤਾਂ ਹੈ ਪਰ ਇਸ ਦੇ ਲਈ ਇੱਕ ਬਿਹਤਰੀਨ ਮੈਨੂਫੈਕਚਰਿੰਗ ਦੀ ਤਲਾਸ਼ ਆ ਇਸ ਦੇ ਲਈ WHO ਨੇ ਕੋਵਿਡ ਵੈਕਸੀਨ ਦੀ ਜਿਹੜੀ ਸਪਲਾਈ ਆ ਬੰਦ ਕੀਤੀ ਸੀ ਤੇ WHO ਜਾਨੀ ਕਿ वर्ल्ड ਹੈਲਥ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ ਹੋਈ ਸੀ 7 ਅਪ੍ਰੈਲ 1948 ਨੂੰ ਇਸ ਦਾ ਹੈੱਡਕੁਆਰਟਰ ਜਨੇਵਾ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਹੈੱਡ ਹੈ ਟੈਡਰੋਸ ਅਦਾਨੋ ਗਵੇਰੀਅਸ ਅਗਲਾ ਪ੍ਰਸ਼ਨ ਹੈ ਜੀ 2022 ਵਿੱਚ ਦੁਨੀਆ ਦੀ ਸਭ ਤੋਂ ਅਮੀਰ ਸਵੇ ਨਿਰਮਤ ਔਰਤ ਦੀ ਸੂਚੀ ਵਿੱਚ ਸਭ ਤੋਂ ਟਾਪ ਤੇ ਕੌਣ ਰਿਹਾ ਹਾਂ ਹਾਂਜੀ 2022 ਦੇ ਵਿੱਚ ਦੁਨੀਆ ਦੀ ਸਭ ਤੋਂ ਅਮੀਰ ਸਵੈ ਨਿਰਮਤ ਔਰਤਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਜਾਨੀ ਕਿ ਜਿਹੜੀਆਂ ਸੈਲਫ ਡਿਪੈਂਡੈਂਸ ਆ ਉਹ ਸਭ ਤੋਂ ਅਮੀਰ ਔਰਤਾਂ ਦੀ ਸੂਚੀ ਜਾਰੀ ਹੋਈ ਸੀ ਉਸ ਦੇ ਵਿੱਚ ਸਭ ਤੋਂ ਟਾਪ ਤੇ ਆ ਉਹ ਯਯੂਨ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਇ ਵਿਜ਼ਿਟਿੰਗ ਦੀ ਪ੍ਰੋਪਰਟੀ ਡਿਵੈਲਪਰ ਆ ਅਗਲਾ ਪ੍ਰਸ਼ਨ ਨਾਬ ਦਾ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਨਾਬ ਨਾਬ ਦਾ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਮਹੇਸ਼ ਬਰਮਾ ਨੂੰ ਆਪਸ਼ਨ ਸੀ ਇਜ਼ ਆ ਰਾਈਟ ਆਨਸਰ ਨਾਬ ਜਾਣੀ ਕੇ ਨੈਸ਼ਨਲ ਐਗਰੀ ਡਿਟੈਕਸ਼ਨਸ ਬੋਰਡ ਹਸਪੀਟਲ ਐਂਡ ਹੈਲਥ ਕੇਅਰ ਪ੍ਰੋਵਾਈਡਰ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਕਿਸ ਨੇ ਹਾਲ ਹੀ ਵਿੱਚ F1 ਆਸਟ੍ਰੇਲੀਅਨ ਗ੍ਰਾਂ ਪ੍ਰੀ 2022 ਜਿੱਤਿਆ ਹਾਂਜੀ F1 ਆਸਟ੍ਰੇਲੀਅਨ ਗ੍ਰਾਂ ਪ੍ਰੀ 2022 ਇਹ ਜਿੱਤਿਆ ਚਾਰਲਸ ਲੈਕਲਰਕ ਨੇ অপশন নাম্বার বি ইজ ザ রাইট आंसर ਅਗਲਾ ਪ੍ਰਸ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ ਸ਼ਾਹੀਨ 3 ਮਿਜ਼ਾਈਲ ਨੂੰ ਸਫਲਤਾਪੂਰਵਕ ਲਾਂਚ ਕੀਤਾ ਹਾਂਜੀ 3 ਮਿਜ਼ਾਈਲ ਇਹ ਸਰਫੇਸ ਟੂ ਸਰਫੇਸ ਮਾਰ ਕਰਨ ਵਾਲੀ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਆ ਜਿਸ ਦੀ ਰੇਂਜ ਆ 2750 ਕਿਲੋਮੀਟਰ ਤੇ ਇਸ ਨੂੰ ਲਾਂਚ ਕੀਤਾ ਪਾਕਿਸਤਾਨ ਨੇ অপশন ਬੀ ਇਜ਼ ザ রাইਟ ਆਨਸਰ ਅਗਲਾ ਪ੍ਰਸ਼ਨ ਕਿਸ ਨੇ ਹਾਲ ਹੀ ਵਿੱਚ ਬਕਾਰੀ ਉਹ ਹੈਨਰੀ ਅਵਾਰਡ ਜਿੱਤਿਆ ਹਾਂਜੀ ਬਕਾਰੀ ਉਹ ਹੈਨਰੀ ਅਵਾਰਡ ਇਹ ਜਿੱਤੇ ਆ ਅਮਰ ਮਿੱਤਰਾ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਇਹ ਬੰਗਾਲੀ ਲੇਖਕ ਆ ਤੇ 45 ਸਾਲ ਪਹਿਲਾਂ ਇਹਨਾਂ ਨੇ ਇੱਕ ਛੋਟੀ ਜੀ ਕਹਾਣੀ گاؤں ਵਰੋਂ ਦੀ ਲਿਖੀ ਸੀ ਜਿਸ ਦੀ ਵਜ੍ਹਾ ਕਰਕੇ ਇਹਨਾਂ ਨੂੰ ਇਹ ਪੁਰਸਕਾਰ ਮਿਲਿਆ ਅਗਲਾ ਪ੍ਰਸ਼ਨ ਸ਼ਾਵਾਜ ਸਰੀ ਸ਼ਾਵਾਜ ਸ਼ਰੀਫ ਕਿਸ ਦੇਸ਼ ਦੇ 23ਵੇਂ ਪ੍ਰਧਾਨ ਮੰਤਰੀ ਬਣੇ ਹਨ ਹਾਂਜੀ ਸ਼ਾਵਾਜ ਸ਼ਰੀਫ ਇਹ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣੇ ਆ 22ਵੇਂ ਕੌਣ ਸੀ ਕ੍ਰਿਕਟਰ ਇਰਮਾਨ ਖਾਨ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਜੇਕਰ ਤੁਹਾਨੂੰ ਇਹ ਪਤਾ ਹੋਵੇਗਾ ਫਿਰ ਮਤਲਬ ਕਿ ਤੁਹਾਨੂੰ ਆਸਾਨੀ ਹੋਵੇਗੀ ਕਿ ਆਨਸਰ ਕਿਸੇ ਵੀ ਤਰ੍ਹਾਂਕ ਮਾਫਰਾ ਕੇ ਤੁਹਾਨੂੰ ਆ ਸਕਦਾ ਹੈ ਐਮਸੀਕਿਊ ਹੈ ਜਿਹੜਾ ਤਾਂ ਤੁਸੀਂ ਕਿਵੇਂ ਉਸ ਦਾ ਆਨਸਰ ਹੈ ਜਿਹੜਾ ਲਗਾਉਣਾ ਹੈ ਪਹਿਲਾਂ ਸੀਗੇ ਕ੍ਰਿਕਟਰ ਇਮਰਾਨ ਖਾਨੇ 22ਵੇਂ ਸੀ ਹੁਣ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣਿਆ ਸ਼ਾਹਵਾਜ਼ ਸ਼ਰੀਫ ਠੀਕ ਹੈ ਤੇ ਸ਼ਾਹਵਾਜ਼ ਸ਼ਰੀਫ ਦੀ ਜੇ ਗੱਲ ਕਰੀਏ ਪਾਕਿਸਤਾਨ ਦੇ ਸਾਫਕਾ ਪ੍ਰਧਾਨ ਮੰਤਰੀ ਨਵਾਬ ਸ਼ਰੀਫ ਦੇ ਪ੍ਰਾਣੀ ਤੇ ਐਟ ਪ੍ਰੈਜ਼ੈਂਟ ਇਹ ਲੀਡਰ ਆਫ ਓਪੋਜੀਸ਼ਨ ਵੀ ਸੀ ਪਾਕਿਸਤਾਨ ਪਾਕਿਸਤਾਨ ਦੇ ਹੁਣ ਅਪ ਪਾਕਿਸਤਾਨ ਦੀ ਗੱਲ ਕੀਤੀ ਹੈ ਜੀਕੇ ਦੇ ਪੁਆਇੰਟ ਆਫ 뷰 ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਪਾਕਿਸਤਾਨ ਅਤੇ ਇੰਡੀਆ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਕੀ ਬੋਲਦੇ ਆ ਰੈੱਡ ਕਲਿਫ ਲਾਈਨ ਬੋਲਦੇ ਆ ਠੀਕ ਹੈ ਸੇਮ ਇਸੇ ਤਰ੍ਹਾਂ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਕੀ ਬੋਲਦੇ ਆ ਡਰੰਡ ਲਾਈਨ ਬੋਲਦੇ ਆ ਭਾਰਤ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਵੀ ਡਰੰਡ ਲਾਈਨ ਬੋਲਦੇ ਆ ਇੰਡੀਆ ਤੇ ਚਾਈਨਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਮੈਕਮੋਹਨ ਲਾਈਨ ਬੋਲਦੇ ਆ ਸਾਊਥ ਕੋਰੀਆ ਤੇ ਨਾਰਥ ਕੋਰੀਆ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 38th ਪੈਰਲਰ ਬੋਲਦੇ ਆ ਠੀਕ ਹੈ ਜੁਆਸ ਅਤੇ ਕੈਨੇਡਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 49th ਪੈਰਲਰ ਬੋਲਦੇ ਆ ਇਹ ਵੀ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਕਿਸ ਨੂੰ 65ਵੇਂ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ 65ਵੇਂ ਗਿਆਨਪੀਠ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਨੀਲਮਣੀ ਫੂਕਨ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇੱਕ ਕਵੀ ਆ ਤੇ ਇਹਨਾਂ ਨੂੰ 5ਵਾਂ ਗਿਆਨਪੀਠ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਵੈਰੀ ਇੰਪੋਰਟੈਂਟ ਅਗਲਾ ਪ੍ਰਸ਼ਨ ਕਿਹੜਾ ਦੇਸ਼ ਜੰਗਲੀ ਜਾਨਵਰਾਂ ਨੂੰ ਕਾਨੂੰਨੀ ਅਧਿਕਾਰ ਦੇਣ ਵਾਲਾ ਪਹਿਲਾ ਦੇਸ਼ ਬਣਿਆ ਵੈਰੀ ਇੰਪੋਰਟੈਂਟ ਹਾਂਜੀ ਜੰਗਲੀ ਜਾਨਵਰਾਂ ਨੂੰ ਕਾਨੂੰਨੀ ਅਧਿਕਾਰ ਦੇਣ ਵਾਲਾ ਪਹਿਲਾ ਦੇਸ਼ ਬਣਿਆ ਇਕਵਾਡੋਰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਇਹ ਦੱਖਣੀ ਅਮਰੀਕੀ ਦੇਸ਼ ਆ ਠੀਕ ਹੈ ਤੇ ਇਸ ਦੀ ਕੈਪੀਟਲ ਆ ਕਵਿਟੂ ਇਸ ਦੀ ਕ੍ਰਾਂਸੀ ਆ ਯੂ ਐਸ ਡਾਲਰ ਤੇ ਇਸ ਤੋਂ ਦੇ ਪ੍ਰੈਜ਼ੀਡੈਂਟ ਆ ਕੌਣ ਨੇ ਗਿਲਰਵੋ ਲਾਸ਼ੋ ਅਗਲਾ ਪ੍ਰਸ਼ਨ ਆ ਜੀ ਪਹਿਲੇ ਲਤਾ ਦਿਨਾਨਾਥ ਮੰਗੇ ਸ਼ੰਕਰ ਅਵਾਰਡ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਸਭ ਤੋਂ ਪਹਿਲਾਂ ਲਤਾ ਦਿਨਾਨਾਥ ਮੰਗੇ ਸ਼ੰਕਰ ਵਾਰਡਾ ਜਿਹੜਾ ਇਹ ਸਭ ਤੋਂ ਪਹਿਲਾਂ 2022 ਦੇ ਵਿੱਚ ਦੇਣਾ ਸਟਾਰਟ ਹੋਇਆ ਸੀ ਠੀਕ ਹੈ ਤੇ ਇਸ ਨੂੰ ਕਿਸ ਨਾਂ ਇਸ ਅਵਾਰਡ ਦੇ ਨਾਲ ਕਿੰਨਾ ਨੂੰ ਸਨਮਾਨਿਤ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਦੇਖੋ ਭਾਰਤ ਦੀ ਪ੍ਰਸਿੱਧ ਗਾਇਕਾ ਸੀ ਲਤਾ ਮੰਗੇਸ਼ੰਕਰ ਫਰਬਰੀ 2021 ਦੇ ਵਿੱਚ ਇਹਨਾਂ ਦੀ ਡੈਥ ਹੋਈ ਤੇ ਹੁਣ ਇਹਨਾਂ ਦੇ ਨਾਮ ਉੱਪਰ ਲਤਾ ਦਿਨਾਨਾਥ ਪੁਰਸਕਾਰ ਸ਼ੁਰੂ ਹੋਇਆ ਜੋ ਕਿ 24 ਅਪ੍ਰੈਲ 2022 ਤੋਂ ਦੇਣਾ ਸਟਾਰਟ ਹੋਇਆ ਸੀ ਕਿਉਂ ਹੋਇਆ ਸੀ ਕਿਉਂਕਿ ਇਹਨਾਂ ਦੇ ਪਿਤਾ ਸੀ ਦੀਨਾਨਾਥ ਮੰਗੇਸ਼ੰਕਰ ਇਹਨਾਂ ਦੀ ਜਨਮ ਦਿਨ ਹੁੰਦੀ ਹੈ 24 ਅਪ੍ਰੈਲ ਨੂੰ ਤੇ ਇਹ 24 ਅਪ੍ਰੈਲ ਨੂੰ ਦਿੱਤਾ ਜਾਵੇਗਾ ਇਹ ਕੋਸ਼ਣਾ ਹੋ ਚੁੱਕੀ ਹੈ ਤੇ ਪਹਿਲਾਂ ਮਿਲਿਆ ਵਾ ਨਰਿੰਦਰ ਮੋਦੀ ਜੀ ਨੂੰ ਅਗਲਾ ਪ੍ਰਸ਼ਨ ਆਈਸੀਸੀ ਪੁਰਸ਼ਾਂ ਦੇ T20 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਕਰੇਗਾ ਵੈਰੀ ਵੈਰੀ ਇੰਪੋਰਟੈਂਟ ਇਹਨੂੰ ਰੱਟੇ ਲਗਾ ਲਓ ਆਈਸੀਸੀ ਪੁਰਸ਼ਾਂ ਦੇ T20 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਕਰੇਗਾ ਕਿਹੜਾ ਦੇਸ਼ ਕਰੇਗਾ ਉਪਰੋਕਤ ਦੋਵੇਂ ਹੀ ਯੂ ਐਸ اے ਐਂਡ ਵੈਸਟ ਇੰਡੀਜ਼ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਅਗਲਾ ਪ੍ਰਸ਼ਨ ਅ ਜੀ ਕਿਹੜਾ ਦੇਸ਼ 2026 ਰਾਸ਼ਟਰ ਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ ਹਾਂਜੀ 2026 ਰਾਸ਼ਟਰ ਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ ਆਸਟ੍ਰੇਲੀਆ অপশন সি ইজ দা রাইট আনসার অস্ট্রেলিয়া ਦੇ ਵਿਕਟੋਰੀਆ ਰਾਜ ਦੇ ਵਿੱਚ ਇਸ ਬਾਰੇ ਰਾਜ ਮੰਡਲ ਖੇਡਾਂ ਵਾਂ ਜਿਹੜੀਆਂ ਹੋਣਗੀਆਂ 2026 ਦੀਆਂ ਅਗਲਾ ਪ੍ਰਸ਼ਨ ਹੈ ਜੀ ਭਾਰਤ ਦੇ ਜੀ 20 ਦਾ ਮੁੱਖ ਸਕੱਤਰ ਕੌਣ ਬਣਿਆ ਹੈ ਹਾਂਜੀ ਜੀ 20 ਜੀ 20 ਦੀਆਂ ਸਾਰੀਆਂ ਮੀਟਿੰਗਸ ਸਾਡੇ ਦੇਸ਼ ਭਾਰਤ ਵਿੱਚ ਹੋ ਰਹੀਆਂ ਨੇ ਤੇ ਜੀ 20 ਦੇ ਮੁੱਖ ਸਕੱਤਰ ਕੌਣ ਬਣੇ ਸੀ ਇਹ ਬਣੇ ਸੀ ਜੀ ਹਰਸ਼ਵਰਧਨ ਸ਼ਰਿੰਗਲਾ অপਸ਼ਨ ਨੰਬਰ ਸੀ ਇਜ਼ ਦਾ রাইਟ ਆਨਸਰ ਸਾਡੇ ਵਿਦੇਸ਼ ਸਕੱਤਰ ਸੀ ਹਰਸ਼ਵਰਧਨ ਸੁਰੰਗਲਾ ਤੇ 23 April 2022 ਨੂੰ ਇਹਨਾਂ ਨੇ ਰਿਟਾਇਰ ਹੋ ਜਾਣਾ ਠੀਕ ਹੈ ਅਤੇ ਹੁਣ ਇਹ ਭਾਰਤ ਦੇ G20 ਦੇ ਮੁੱਖ ਸਕੱਤਰ ਬਣਨਗੇ ਠੀਕ ਹੈ 23 April 2022 ਨੂੰ ਇਹ ਰਿਟਾਇਰ ਹੋ ਗਏ ਸੀ ਤੇ ਹੁਣ ਇਹ G20 ਦੇ ਮੁੱਖ ਸਕੱਤਰ ਬਣੇ ਨੇ ਅਗਲਾ ਪ੍ਰਸ਼ਨ ਹੈ ਹਾਲ ਹੀ ਵਿੱਚ HAL ਦੇ HAL HAL ਦਾ मीनिंग ਕੀ ਹੈ ਇੱਥੇ ਤੁਹਾਡੇ ਮਾਈਂਡ ਦੇ ਵਿੱਚ ਜ਼ਰੂਰ ਕਲਿੱਕ ਕੀਤਾ ਹੋਣਾ ਹਾਲ ਹੀ ਵਿੱਚ HAL ਦੇ ਤਰੂਵ ਐਡਵਾਂਸਡ ਲਾਈਟ ਹੈਲੀਕਾਪਟਰ ਮਾਰਕ 3 ਨੂੰ ਕਿਸ ਭਾਰਤੀ ਅਰਧ ਸੈਨਿਕ ਬਲ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਇਹ ਸ਼ਾਮਿਲ ਕੀਤਾ ਗਿਆ ਹੈ ਜੀ ਭਾਰਤੀ ਤੱਟ ਰੱਖਿਆਕ ਬਲ ਦੇ ਵਿੱਚ ਜਾਨੀ ਕਿ ਇੰਡੀਅਨ ਕੋਸਟ ਗਾਰਡ অপਸ਼ਨ A ਇਸ ਦਾ ਰਾਈਟ ਆਨਸਰ ਠੀਕ ਹੈ ਤੇ ਜੇਕਰ ਅਸੀਂ ਗੱਲ ਕਰੀਏ HAL ਦੇ ਤਰੁਵ ਦੀ ਤਾਂ ਇਹ ਤਰੁਵ ਐਡਵਾਂਸਡ ਹੈਲੀਕਾਪਟਰ ਮਾਰਕ 3 ਇਸ ਦੀ ਰੇਂਜ ਆ 660 ਕਿਲੋਮੀਟਰ ਭਾਰਤੀ ਤੱਟ ਉੱਪਰ ਸਮੁੰਦਰੀ ਅਤਕਵਾਦੀ ਹਮਲੇ ਅਤੇ ਸ਼ਿਕਾਰ ਨੂੰ ਰੋਕਣ ਦੇ ਲਈ ਇਹ ਸ਼ਾਮਿਲ ਕੀਤਾ ਗਿਆ ਹੁਣ ਅਸੀਂ ਗੱਲ ਕੀਤੀ ਆ ਇੰਡੀਅਨ ਕੋਸਟ ਗਾਰਡ ਦੀ ਇਸ ਦੀ ਸਥਾਪਨਾ ਕਦੋਂ ਹੋਈ 1978 ਦੇ ਵਿੱਚ ਇਸ ਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਪრეਜ਼ੀਡੈਂਟ ਕੌਣ ਨੇ ਵਿਰਿੰਦਰ ਸਿੰਘ ਪਠਾਣੀਆਂ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਚੈਂਪੀਅਨ ਆਫ ਚੇਂਜ ਅਵਾਰਡ 2021 ਦਾ ਐਲਾਨ ਕਿਸ ਰਾਜ ਵਿੱਚ ਕੀਤਾ ਗਿਆ ਹਾਂਜੀ ਚੈਂਪੀਅਨ ਆਫ ਰੇਂਜ ਚੇਂਜ ਅਵਾਰਡ 2021 ਇਸ ਦਾ ਜਿਹੜਾ ਐਲਾਨ ਉਹ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨਾ ਜੀ ਵਿਸ਼ਵ ਚਗਾਸ ਰੋਗ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਚਰਗਾਸ ਰੋਗ ਦਿਵਸ ਕਦੋਂ ਮਨਾਇਆ ਗਿਆ ਇਹ ਬਣਾਇਆ ਗਿਆ ਹੈ 14 ਅਪ੍ਰੈਲ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ 14 ਅਪ੍ਰੈਲ 2022 ਨੂੰ ਹੀ 14 ਅਪ੍ਰੈਲ ਨੂੰ ਹਰੇਕ ਸਾਲ ਡਾਕਟਰ ਪੀ ਮਰਾਓ ਅੰਬੇਡਕਰ ਦੀ ਜਨਮ ਦਿਨਤੀ ਹੁੰਦੀ ਆ ਤੇ 14 ਅਪ੍ਰੈਲ 2022 ਨੂੰ ਡਾਕਟਰ ਪੀਮਰਾਓ ਅੰਬੇਡਕਰ ਦੀ 131ਵੀਂ ਜਨਮ ਦਿਤੀ ਮਨਾਈ ਗਈ ਸੀ ਇਹ ਵੀ ਤੁਸੀਂ ਯਾਦ ਰੱਖਣਾ ਤੇ ਵਿਸ਼ਵ ਚਗਾਸ ਰੋਗ ਦਿਵਸ ਕਿਉਂ ਮਨਾਇਆ ਜਾਂਦਾ ਇਸ ਰੋਗ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਇੱਕ ਸਾਲ 14 ਅਪ੍ਰੈਲ ਨੂੰ ਮਨਾਇਆ ਜਾਂਦਾ ਠੀਕ ਹੈ ਅਗਲਾ ਪ੍ਰਸ਼ਨ FIH ਜੂਨੀਅਰ ਮਹਿਲਾ ਵਿਸ਼ਵ ਕੱਪ 2022 ਇਸ ਨੇ ਜਿੱਤਿਆ ਹਾਂਜੀ FIH ਜਾਨੀ ਕਿ ਫੈਡਰੇਸ਼ਨ ਇੰਟਰਨੈਸ਼ਨਲ ਹਾਕੀ ਜੂਨੀਅਰ ਮਹਿਲਾ ਵਿਸ਼ਵ ਕੱਪ ਇਹ 2022 ਦਾ ਜਿੱਤਿਆ ਹੈ ਨੀਦਰਲੈਂਡ ਨੇ ਜਰਮਨੀ ਨੂੰ ਹਰਾ ਕੇ অপਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਨੀਦਰਲੈਂਡ ਨੀਦਰਲੈਂਡ ਨੇ ਜਿੱਤਿਆ ਤਾਂ ਨੀਦਰਲੈਂਡ ਦੀ ਕੈਪੀਟਲ ਕੀ ਹੈ ਐਮਸਟਰਡਮ ਇਥੋਂ ਦੀ ਕਰੰਸੀ ਹੈ ਯੂਰੋ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਮਾਰਕ ਰੂਟ ਅਗਲਾ ਪ੍ਰਸ਼ਨ ਕਿਸ ਰਾਜ ਦੇ ਮੁੱਖ ਮੰਤਰੀ ਨੇ 2023 ਪੁਰਸ ਹਾਕੀ ਵਿਸ਼ਵ ਕੱਪ ਦੇ ਲੋਗੋ ਦਾ ਉਦਘਾਟਨ ਕੀਤਾ ਹਾਂਜੀ 2023 ਦੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਲੋਗੋ ਦਾ ਉਦਘਾਟਨ ਕੀਤਾ ਹੈ Odisha ਦੇ ਚੀਫ ਮਿਨਿਸਟਰ ਨਵੀਨ ਪਟਨਾਇਕ ਨੇ অপਸ਼ਨ ਵੀ ਇਜ਼ ਦਾ ਰਾਈਟ ਆਨਸਰ ਅਤੇ 2023 ਦਾ ਪੁਰਸ਼ ਹਾਕੀ ਵਰਲਡ ਕੱਪ Odisha ਦੇ ਵਿੱਚ ਹੋਵੇਗਾ ਅਗਲਾ ਪ੍ਰਸ਼ਨ ਹੈ ਜੀ ਰੌਂਗਲੀ ਵਿਹੂ ਤਿਹਾਰ ਕਿਸ ਰਾਜ ਵਿੱਚ ਮਨਾਇਆ ਜਾਂਦਾ ਹੈ ਹਾਂਜੀ ਰੌਂਗਲੀ ਵਿਹੂ ਤਿਹਾਰ ਇਹ ਕਿਹੜੇ ਰਾਜ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ ਅਸਮ ਦੇ ਰਾਜ ਵਿੱਚ ਆਪਸ਼ਨ ਸੀ ਐਸ ਦਾ ਰਾਈਟ ਅਨਸਰ ਹੈ ਕਿ ਅਸਮ ਦੇ ਵਿੱਚ ਮਨਾਇਆ ਜਾਂਦਾ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਦਾ ਬਵਾਏ ਹੂ ਰਾਈਟਸ ਦਾ ਕਨਸਟੀਟਿਊਸ਼ਨ ਸੀ ਲੇਖ ਵਾਲੀ ਕਿਤਾਬ ਕਿਸ ਨੇ ਲਿਖੀ ਵਿਯੋਗ ਮੁੰਡਾ ਜਿਸ ਨੇ ਜਿਸ ਨੇ ਭਾਰਤੀ ਸੰਵਿਧਾਨ ਲਿਖਿਆ ਭਾਰਤੀ ਸੰਵਿਧਾਨ ਤਾਂ ਨਹੀਂ ਲਿਖਿਆ ਇੱਥੇ ਕੱਲਾ ਕਨਸਟੀਟਿਊਸ਼ਨ ਲਿਖਿਆ ਜਾਣੀ ਜਿਸ ਨੇ ਸੰਵਿਧਾਨ ਲਿਖਿਆ ਇਹ ਨਾਮ ਦੀ ਕਿਤਾਬ ਕਿਸ ਨੇ ਲਾਂਚ ਕੀਤੀ ਆ ਹਾਂਜੀ ਦਾ ਬੁਆਏ ਹੂ ਰਾਈਟ ਆ ਕਨਸਟੀਟਿਊਸ਼ਨਸ ਇਹ ਸਿਰਲੇਖ ਵਾਲੀ ਕਿਤਾਬ ਲਿਖੀ ਆ ਰਾਜੇਸ਼ ਤਲਵਾਰ ਨੇ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਇਸ ਬੁੱਕ ਨੂੰ ਡਾਕਟਰ ਪੀ ਮਰਾਉ ਅੰਬੇਡਕਰ ਦੀ 131ਵੀਂ ਜਨਮ ਦਿਤੀ ਤੇ ਲਾਂਚ ਕੀਤਾ ਗਿਆ ਸੀ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਕੇਸ ਦੇਸ਼ ਨੇ ਭਾਰਤ ਨੂੰ ਕਣਕ ਸਪਲਾਈ ਕਰਨ ਵਾਲਿਆਂ ਨੂੰ ਮਨਜ਼ੂਰੀ ਦਿੱਤੀ ਆ ਹਾਂਜੀ ਭਾਰਤ ਨੂੰ ਕਣਕ ਸਪਲਾਈ ਕਰਨ ਵਾਲਿਆਂ ਨੂੰ ਮਨਜ਼ੂਰੀ ਦਿੱਤੀ ਆ ਕਿਹੜੇ ਦੇਸ਼ ਨੇ ਦਿੱਤੀ ਆ ਤਾਂ ਇਹ ਦਿੱਤੀ ਆ ਜੀ ਮਿਸਰ ਨੇ ਜਾਣੀ ਕਿ ਅਜਿਪਟ ਨੇ অপਸ਼ਨ ਏ ਇਜ਼ ਦਾ ਰਾਈਟ ਆਨਸਰ ਹੁਣੇ ਮਿਸਰ ਨੇ ਦਿੱਤੀ ਆ ਤਾਂ ਮਿਸਰ ਦੀ ਕੈਪੀਟਲ ਕੀ ਆ ਕਾਹਿਰਾ ਇੱਥੋਂ ਦੀ ਕਰੰਸੀ ਆ ਏਜੀਪਟিয়ান ਪਾਉਂਡ ਇੱਥੋਂ ਦੇ ਪ੍ਰੈਜ਼ੀਡੈਂਟ ਆ ਅਬਦੁਲ ਫਤੇਹ ਅਲਸੀਸੀ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਆ ਜੀ ਹਿਮਾਚਲ ਪ੍ਰਦੇਸ਼ ਰਾਜ ਸਥਾਪਨਾ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਹਿਮਾਚਲ ਪ੍ਰਦੇਸ਼ ਰਾਜ ਸਥਾਪਨਾ ਦਿਵਸ ਇਹ ਕਦੋਂ ਮਨਾਇਆ ਗਿਆ ਇਹ ਮਨਾਇਆ ਗਿਆ ਹੈ ਜੀ 15 ਅਪ੍ਰੈਲ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਅਸਲ ਦੇ ਵਿੱਚ 15 ਅਪ੍ਰੈਲ ਨੂੰ ਹਿਮਾਚਲ ਪ੍ਰਦੇਸ਼ ਨੂੰ ਪੂਰਨ ਰਾਜ ਦਾ ਦਰਜਾ ਮਿਲਿਆ ਸੀ ਇਸ ਕਰਕੇ ਹਰੇਕ ਸਾਲ 15 ਅਪ੍ਰੈਲ ਨੂੰ हिमाचल प्रदेश राज्य ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਤੇ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਨਵੇਂ ਸਾਲ ਦਾ ਤਿਹਾਰ ਪੋਇਲਾ ਵਿਸਾਖ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਹਾਂਜੀ ਨਵੇਂ ਸਾਲ ਦਾ ਤਿਹਾਰ ਆ ਪੋਇਲਾ ਵਿਸਾਖ ਇਹ ਕਿੱਥੇ ਸ਼ੁਰੂ ਹੋਇਆ ਏ ਇਹ ਸ਼ੁਰੂ ਹੋਇਆ ਏ ਬੰਗਲਾਦੇਸ਼ ਦੇ ਵਿੱਚ ਆਪਸ਼ਨ ਸੀ ਇਜ਼ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹਾਲ ਹੀ ਵਿੱਚ ਹਨੂਮਾਨ ਜੀ ਦੀ 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕਿੱਥੇ ਕੀਤਾ ਦੇਖੋ ਜਿਹੜੀਆਂ ਹਨੂਮਾਨ ਜੀ ਦੀਆਂ ਮੂਰਤੀਆਂ ਵਾ ਇਸ ਦੀ ਚਾਰ ਧਾਮ ਪ੍ਰਯੋਜਨਾ ਚਲਾਈ ਗਈ ਸੀ ਜਿਸ ਦੇ ਤਹਿਤ ਚਾਰੇ ਦਿਸ਼ਾਵਾਂ ਦੇ ਵਿੱਚ ਹਨੂਮਾਨ ਜੀ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਣੀਆਂ ਸੀ ਜਾਨੀ ਕਿ ਉੱਤਰ ਪੂਰਬ ਪੱਛਮ ਦੱਖਣ ਉੱਤਰ ਦਿਸ਼ਾ ਦੇ ਵਿੱਚ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹਨੂਮਾਨ ਜੀ ਦੀ ਮੂਰਤੀ 2010 ਦੇ ਵਿੱਚ ਸਥਾਪਿਤ ਹੋ ਗਈ ਸੀ ਹੁਣ ਹੁਣ 2022 ਦੇ ਵਿੱਚ ਗੁਜਰਾਤ ਦੇ ਵਿੱਚ 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਹੋਇਆ অপਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਇਹ ਪੱਛਮ ਚ ਹੋ ਗਿਆ ਉੱਤਰ ਚ ਪਹਿਲਾਂ ਵਣ ਗਈ ਸੀ ਪੱਛਮ ਦਿਸ਼ਾ ਚ ਵਣ ਗਈ ਹੁਣ ਦੋ ਦਿਸ਼ਾ ਰਹਿ ਗਈਆਂ ਅੱਗੇ ਦੇ ਦਿਆਂ ਕਿੱਥੇ ਹੁੰਦਾ ਠੀਕ ਹੈ ਅਗਲਾ ਪ੍ਰਸ਼ਨ ਕਿਸ ਦੇਸ਼ ਦੇ ਤਿੰਨ ਪੁਲਾੜ ਯਾਤਰੀਆਂ ਨੇ ਹਾਲ ਹੀ ਵਿੱਚ ਪੁਲਾੜ ਦੇ ਵਿੱਚ 183 ਦਿਨ ਬਿਤਾਏ ਹਾਂਜੀ 183 ਦਿਨ ਕਿਹੜੇ ਦੇਸ਼ ਦੇ ਪੁਲਾੜ ਯਾਤਰੀਆਂ ਨੇ ਬਿਤਾਏ ਬਿਤਾਏ ਆ ਪੁਲਾੜ ਦੇ ਵਿੱਚ ਇਹ ਬਤਾਇਆ ਯੂਕਰੇਨ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਦੇਖੋ ਯੂਕਰੇਨ ਦਾ ਇੱਕ ਮਿਸਾਈਲ ਸਿਸਟਮ ਅਸਲ ਦੇ ਵਿੱਚ ਯੂਕਰੇਨ ਨੇ ਇਸ ਮਿਸਾਈਲ ਸਿਸਟਮ ਦੇ ਨਾਲ ਰਸ਼ੀਆ ਦੇ ਨਾਲ ਇੱਕ ਯੁੱਧ ਬੋਤ ਨੂੰ ਖਤਮ ਕਰ ਦਿੱਤਾ ਇਸ ਦੇ ਲਈ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਇਸ ਦੇ ਜਿਹੜੇ ਪੁਲਾੜ ਯਾਤਰੀ ਆ ਉਹਨਾਂ ਨੇ 183 ਦਿਨ ਬਿਤਾਏ ਆ ਇਸ ਮਿਸਾਈਲ ਸਿਸਟਮ ਦੇ ਤਹਿਤ ਤੇ ਹੁਣ ਯੂਕਰੇਨ ਨੇ ਵੀ ਪਤਾਈ ਆ ਤਾਂ ਯੂਕਰੇਨ ਦੀ ਕੈਪੀਟਲ ਕੀ ਹੈ ਕੀਵ ਇਥੋਂ ਦੀ ਕਰੰਸੀ ਹੈ ਯੂਕਰੇਨੀ ਹਰਵੇਨੀਆ ਇਥੋਂ ਦੇ ਪ੍ਰੈਜ਼ੀਡੈਂਟ ਆ ਬਲੋਡੀਮੀਰ ਜੇਲਿਨਸਕੀ ਅਗਲਾ ਪ੍ਰਸ਼ਨ ਆ ਜੀ ਕਿਸ ਦੇਸ਼ ਦਾ ਮਸ਼ਹੂਰ ਜੰਗੀ ਬੇੜਾ ਮਾਸਕਵਾ ਹਾਲ ਹੀ ਵਿੱਚ ਖਬਰਾਂ ਵਿੱਚ ਸੀ ਹਾਂਜੀ ਮਾਸਕਵਾ ਮਸ਼ਹੂਰ ਜੰਗੀ ਬੇੜਾ ਸੀ ਰੂਸ ਦਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਰੂਸ ਮੈਂ ਤੁਹਾਨੂੰ ਜਿਵੇਂ ਕਿ ਦੱਸਿਆ ਸੀ ਕਿ ਯੂਕਰੇਨ ਨੇ ਰੂਸੀਆਂ ਦਾ ਫੇਮਸ ਯੁੱਧਪੋਥ ਖਤਮ ਕਰ ਦਿੱਤਾ ਠੀਕ ਹੈ ਤੇ ਇਸ ਨੂੰ ਮਾਸਕੋਵਾ ਕਹਿੰਦੇ ਆ ਪਰ ਰੂਸ ਨੇ ਦਾਵਾ ਕੀਤਾ ਕਿ ਇਸ ਯੁੱਧਪੋਥ ਵਿੱਚ ਜੋ ਵਿਸਫੋਟ ਸੀ ਉਸ ਵਿੱਚ ਅੱਗ ਲੱਗੀ ਇਸ ਕਰਕੇ ਖਤਮ ਹੋਇਆ ਠੀਕ ਹੈ ਤਾਂ ਹੀ ਹੁਣ ਤੁਸੀਂ ਯਾਦ ਰੱਖਣਾ ਮਾਸਕੋਵਾ ਮਸ਼ਹੂਰ ਜੰਗੀ ਵੇੜਾ ਸੀ ਰੂਸ ਦਾ ਅਗਲਾ ਪ੍ਰਸ਼ਨ ਆ ਦੇਸ਼ ਦੇ ਵਿਦਿਆਰਥੀਆਂ ਨੂੰ ਇੱਕੋ ਸਮੇਂ ਦੋ ਡਿਗਰੀਆਂ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਹਾਂਜੀ ਸਾਡੇ ਦੇਸ਼ ਦੇ ਵਿਦਿਆਰਥੀਆਂ ਨੂੰ ਦੋ ਡਿਗਰੀਆਂ ਇੱਕੋ ਸਮੇਂ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਹੈ ਯੂਜੀਸੀ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਯੂਜੀਸੀ યાਨੀ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਇਸ ਦੀ ਸਥਾਪਨਾ ਹੋਈ ਸੀ 1955 ਦੇ ਵਿੱਚ ਇਸ ਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਡਾਕਟਰ ਜਗਦੀਸ਼ ਕੁਮਾਰ ਅਗਲਾ ਪ੍ਰਸ਼ਨ ਦੁਨੀਆ ਦਾ ਕਿਹੜਾ ਦੇਸ਼ ਸੋਨੇ ਦਾ ਸਭ ਤੋਂ ਵੱਡਾ ਖਪਤਕਾਰ ਬਣ ਗਿਆ ਹਾਂਜੀ ਸੋਨੇ ਦਾ ਸਭ ਤੋਂ ਵੱਡਾ ਖਪਤਕਾਰ ਬਣਿਆ ਕਿਹੜਾ ਦੇਸ਼ ਬਣਿਆ ਤਾਂ ਹੀ ਬਣਿਆ ਜੀ ਚਾਈਨਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਚੀਨ ਵਿਸ਼ਵ ਪੱਧਰ ਤੇ ਸੋਨੇ ਦੀ ਰੀਸਾਈਕਲਿੰਗ ਦੇ ਵਿੱਚ ਵੀ ਟੌਪ ਤੇ ਆ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਸੈਕਿੰਡ ਤੇ ਆ ਸਾਡਾ ਦੇਸ਼ ਭਾਰਤ ਇਹ ਵੀ ਤੁਸੀਂ ਯਾਦ ਰੱਖਿਓ ਅਗਲਾ ਪ੍ਰਸ਼ਨ ਸਿਕ ਸਿੱਖਿਆ ਗੀਤ ਇਰਾਦਾ ਕਰ ਲਿਆ ਹਮਨੇ ਹਾਲ ਹੀ ਵਿੱਚ ਕਿੱਥੇ ਰਿਲੀਜ਼ ਹੋਇਆ ਹਾਂਜੀ ਸਿੱਖਿਆ ਗੀਤ ਇਰਾਦਾ ਕਰ ਲਿਆ ਹਮਨੇ ਇਹ ਦਿੱਲੀ ਦੇ ਵਿੱਚ ਰਿਲੀਜ਼ ਹੋਇਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਇਹ ਸਾਨੂੰ ਅਲੋਕ ਸ਼੍ਰੀਵਾਸਤਵ ਨੇ ਲਿਆ ਤੇ ਇਸ ਨੂੰ ਗਾਇਆ ਵਾ ਲਿਖਿਆ ਵੈਸੇ ਅਲੋਕ ਸ਼੍ਰੀਵਾਸਤਵ ਨੇ ਆ ਤੇ ਇਸ ਨੂੰ ਗਾਇਆ ਵਾ ਮਸ਼ਹੂਰ ਗਾਇਕ ਸਾਨ ਐਂਡ ਸੁਨੇਹਾ ਸ਼ੰਕਰ ਨੇ ਹਰ ਬੱਚੇ ਤੱਕ ਸਿੱਖਿਆ ਪਹੁੰਚਾਉਣ ਦੇ ਲਈ ਦਿੱਲੀ ਗਵਰਨਮੈਂਟ ਨੇ ਜਿਹੜਾ ਇਹ ਗੀਤ ਆ ਉਹ ਰਿਲੀਜ਼ ਕੀਤਾ ਵਾ ਅਗਲਾ ਪ੍ਰਸ਼ਨ ਆ ਭਾਰਤ ਦਾ ਪਹਿਲਾ ਸ਼ੁੱਧ ਹਰਾ ਹਾਈਡਰੋਜਨ ਪਲਾਂਟ ਕਿੱਥੇ ਸ਼ੁਰੂ ਹੋਵੇਗਾ ਹਾਂਜੀ ਭਾਰਤ ਦਾ ਪਹਿਲਾ ਸ਼ੁੱਧ ਹਰਾ ਹਾਈਡਰੋਜਨ ਪਲਾਂਟ ਸ਼ੁਰੂ ਹੋਵੇਗਾ ਅਸਾਮ ਦੇ ਵਿੱਚ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਅਗਲਾ ਪ੍ਰਸ਼ਨ ਆ ਜੀ ਕਿਸ ਦੇਸ਼ ਦੇ ਕ੍ਰਿਕਟਰ ਕਿਰੋਨ ਪੋਲਾਰਡ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਲਿਆ ਹਾਂਜੀ ਕਿਰੋਨ ਪੋਲਾਰਡ ਇਹਨਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਲਿਆ ਇਹ ਕਿਹੜੇ ਦੇਸ਼ ਦੇ ਆ ਵੈਸਟ ਇੰਡੀਜ਼ ਦੇ ਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਤੇ ਕਿਰੋਨ ਪੁਲਾਰਡ ਇਹ ਇੱਕ ਕ੍ਰਿਕਟਰ ਆ ਤੇ ਇਹਨਾਂ ਨੇ ਵੈਸਟ ਇੰਡੀਜ਼ ਦੇ ਆ ਇਹ ਇਹਨਾਂ ਨੇ ਸੰन्यास ਲੈ ਲਿਆ ਕ੍ਰਿਕਟ ਦੇ ਸਾਰੇ ਹੀ ਰੂਪਾਂ ਤੋਂ ਅਗਲਾ ਪ੍ਰਸ਼ਨ ਆ ਜੀ ਕਿਸ ਭਾਰਤੀ ਕ੍ਰਿਕਟਰ ਨੂੰ ਹਾਲ ਹੀ ਵਿੱਚ ਹਾਂਜੀ ਕਿਸ ਭਾਰਤੀ ਕ੍ਰਿਕਟਰ ਨੂੰ ਹਾਲ ਹੀ ਵਿੱਚ ਵਿਸਡਨ ਡੇ ਫਾਈਵ ਕ੍ਰਿਕਟਰ ਆਫ ਦੀ ਈਅਰ ਚੁਣਿਆ ਗਿਆ ਵੈਰੀ ਇੰਪੋਰਟੈਂਟ ਹਾਂਜੀ ਕਿਹੜੇ ਭਾਰਤੀ ਕ੍ਰਿਕਟਰ ਨੂੰ ਚੁਣਿਆ ਗਿਆ ਰੋਹਿਤ ਸ਼ਰਮਾ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਦਿੱਲੀ ਸਰਕਾਰ ਨੇ ਕਿਸ ਰਾਜ ਸਰਕਾਰ ਨਾਲ ਗਿਆਨ ਸਾਂਝਾ ਕਰ ਸਮਝੌਤੇ ਤੇ ਦਸਤਖਤ ਕੀਤੇ ਹਾਂਜੀ ਗਿਆਨ ਸਾਂਝਾ ਕਰ ਸਮਝੌਤੇ ਤੇ ਦਸਤਖਤ ਕੀਤੇ ਆ ਦਿੱਲੀ ਦੀ ਗਵਰਨਮੈਂਟ ਨੇ ਕਿਹੜੇ ਰਾਜ ਦੇ ਨਾਲ ਕੀਤੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਇਹ ਕੀਤੇ ਆ ਜੀ ਪੰਜਾਬ ਰਾਜ ਦੇ ਨਾਲ অপশন ভি ইজ দা রাইট আনসার ইস দে তহত پنجاب দে وچ 117 স্কুল হোর ਵਿਕਸਿਤ ਕੀਤੇ ਜਾਣਗੇ ਠੀਕ ਹੈ ਸਮਝੋਤੇ ਦੇ ਤहत ਗਿਆਨ ਸਾਂਝਾ ਕਰਨ ਦੇ ਤहत اگلا ਪ੍ਰਸ਼ਨ ਹੈ ਜੀ دی ਹਿਸਟਰੀ ਆਫ ਈਸਟ ਇੰਡੀਆ ది ਸਿੱਖ ਹਿਸਟਰੀ ਆਫ ਈਸਟ ਇੰਡੀਆ ਨਾਮੀ ਕਿਤਾਬ ਕਿਸ ਨੇ ਰিলিজ ਕੀਤੀ हां जी دی ਸਿੱਖ ਹਿਸਟਰੀ ਆਫ ਈਸਟ ਇੰਡੀਆ ਨਾਮ ਦੀ ਕਿਤਾਬ ਰিলিজ ਕੀਤੀ ਆ ਇਸਨੇ ਰਿਲੀਜ਼ ਕੀਤੀ ਆ ਉੜੀਸਾ ਦੇ ਚੀਫ ਮਿਨਿਸਟਰ ਨਵੀਨ ਪਟਨਾਇਕ ਨੇ অপਸ਼ਨ A ਇਜ਼ ਦਾ ਰਾਈਟ ਆਨਸਰ ਇਹ ਦੋ ਬੁਕਸ ਆ ði ਸਿੱਖ ਹਿਸਟਰੀ ਆਫ ਈਸਟ ਇੰਡੀਆ ਇਹ ਲਿਖੀ ਆ ਅਵਿਨਾਸ਼ ਮੋਹਨ ਪਾਤਰਾ ਨੇ ਤੇ ਰਿਲੀਜ਼ ਕੀਤਾ ਆ ਉੜੀਸਾ ਦੇ ਚੀਫ ਮਿਨਿਸਟਰ ਨੇ ਇੱਕ ਬੁੱਕ ਦਾ ਮੈਜਿਕ ਆਫ ਮੈਂਗਲਾ ਯੋੜੀ ਇਸ ਨੂੰ ਲਿਖਿਆ ਅਵਿਨਾਸ਼ ਖੇਮਿਕਾ ਨੇ ਅਗਲਾ ਪ੍ਰਸ਼ਨ ਆ ਜੀ ਸਭ ਤੋਂ ਵੱਧ ਰਾਸ਼ਟਰੀ ਝੰਡੇ ਨੂੰ ਇੱਕੋ ਸਮੇਂ ਲਹਿਰਾਉਣ ਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਕਿਸ ਦੇਸ਼ ਨੇ ਬਣਾਇਆ? ਹਾਂਜੀ ਸਭ ਤੋਂ ਵੱਧ ਇੱਕੋ ਸਮੇਂ ਰਾਸ਼ਟਰੀ ਝੰਡੇ ਨੂੰ ਲਹਿਰਾਉਣ ਦਾ ਦੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਸਾਡੇ ਦੇਸ਼ ਭਾਰਤ ਨੇ ਬਣਾਇਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਇੰਡੀਆ। ਅਗਲਾ ਪ੍ਰਸ਼ਨ ਰੋਬਰਟ ਗੋਲੋਵ ਨੂੰ ਕਿਸ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ? ਹਾਂਜੀ ਰੋਬਰਟ ਗੋਲੋਵ ਇਹਨਾਂ ਨੂੰ ਸਲੋਵੇਨੀਆ ਦੇ ਪ੍ਰਧਾਨ ਮੰਤਰੀ ਚੁਣਿਆ ਗਿਆ অপশন সি ਇਸ ਦਾ রাইট आंसर है ਸলোਵਨੀਆ ਦੀ ਕੈਪੀਟਲ ਕੀ ਆ ਲੂਜ਼ੋ ਵਿਜ਼ਾਇਲ ਇਥੋਂ ਦੀ ਕਰੰਸੀ ਆ ਯੂਰੋ ਤੇ ਇਥੋਂ ਦੇ ਪ੍ਰਧਾਨ ਮੰਤਰੀ ਤਾਂ ਇਹੀ ਬਣ ਗਏ ਨੇ ਕੌਣ ਬਣੇ ਨੇ ਰੋਬਰਟ ਗੋਲੋਵ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਗੂਗਲ ਨੇ ਕਿਸ ਰਾਜ ਸਰਕਾਰ ਨਾਲ ਸਮਝੌਤਾ ਕੀਤਾ ਹਾਂਜੀ ਗੂਗਲ ਨੇ ਕਿਹੜੀ ਰਾਜ ਸਰਕਾਰ ਦੇ ਨਾਲ ਸਮਝੌਤਾ ਕੀਤਾ ਵਾਂ ਤਾਂ ਇਹ ਕੀਤਾ ਤੇਲੰਗਾਨਾ ਦੇ ਨਾਲ অপশন ਬੀ ਇਸ ਦਾ রাইਟ ਆਂਸਰ ਹੈ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਫੌਜ ਦੇ ਨਵੇਂ ਡਿਪਟੀ ਚੀਫ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਫੌਜ ਦੇ ਨਵੇਂ ਡਿਪਟੀ ਚੀਫ ਵਜੋਂ ਨਿਯੁਕਤ ਹੋਇਆ ਲੈਫਟੀਨੈਂਟ ਜਨਰਲ ਵੀ ਐਸ ਰਾਜੂ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆਜੀ ਹਾਂਜੀ ਅਗਲਾ ਪ੍ਰਸ਼ਨ ਵਾਈਟਲੇ ਗੋਲਡ ਅਵਾਰਡ ਕਿਸ ਨੇ ਜਿੱਤਿਆ ਹਾਂਜੀ ਇਹ ਅਵਾਰਡ ਜਿੱਤਿਆ ਵਾ ਚਾਰਦੁੱਤ ਮਿਸ਼ਰਾਣੀ ਠੀਕ ਹੈ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਆ ਜੀ ਪੀ ਵੀ ਸਿੰਧੂ ਨੇ ਹਾਲ ਹੀ ਵਿੱਚ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਿਹੜਾ ਮੈਡਲ ਜਿੱਤਿਆ ਹਾਂਜੀ ਪੀ ਵੀ ਸਿੰਧੂ ਇਹਨਾਂ ਨੇ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿੱਚ ਕਿਹੜਾ ਮੈਡਲ ਜਿੱਤਿਆ ਕਾਂਸੀ ਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਬ੍ਰਾਉਨਜ਼ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਇਸ ਤੋਂ ਇਲਾਵਾ ਅਸੀਂ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਜੇਤੂ ਕੌਣ ਬਣਿਆ ਹਾਂਜੀ ਖੇਲੋ ਇੰਡੀਆ ਯੂਨੀਵਰਸਿਟੀਆਂ ਖੇਡਾਂ ਦੇ ਜੇਤੂ ਬਣੇ ਆ ਕੌਣ ਬਣੇ ਆ ਤਾਂ ਇਹ ਜੇਤੂ ਬਣੇ ਆ ਜੀ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਆਨਸਰ ਦੋ ਕਮੈਂਟ ਬਾਕਸ ਦੇ ਵਿੱਚ ਜੈਨ ਯੂਨੀਵਰਸਿਟੀ অপਸ਼ਨ ਵੀ ਇਜ਼ ਦਾ ਰਾਈਟ ਆਨਸਰ ਜੈਨ ਯੂਨੀਵਰਸਿਟੀ ਨੇ ਬੀ ਮੈਡਲ 골ਡ ਦੇ ਜਿੱਤੇ ਆ 7 ਸਿਲਵਰ ਦੇ ਜਿੱਤੇ ਆ ਪੰਜ ਬਰਾਉਂਜ਼ ਦੇ ਜਿੱਤੇ ਆ ਠੀਕ ਹੈ ਤੇ ਇਸ ਵਾਰ ਦੇ ਜਿਹੜੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਆ ਇਹ ਇਹਦੇ ਵਿੱਚ ਕਿੰਨੀਆਂ ਯੂਨੀਵਰਸਿਟੀਆਂ ਨੇ ਪਾਰਟਿਸਿਪੇਟ ਕੀਤਾ 210 ਯੂਨੀਵਰਸਿਟੀਆਂ ਨੇ ਪਾਰਟਿਸਿਪੇਟ ਕੀਤਾ 210 ਯੂਨੀਵਰਸਿਟੀਆਂ ਦੇ 3900 ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ ਠੀਕ ਹੈ ਤੇ ਹੋਈ ਕਿੱਥੇ ਆ ਇਹ ਇਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਵੈਸੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਫਸਟ ਤੇ ਤਵਾ ਜੈਨ ਯੂਨੀਵਰਸਿਟੀ ਆ ਸੈਕੰਡ ਤੇ ਕਿਹੜੀ ਆ ਸੈਕਿੰਡ ਤੇ ਆ लवली ਪ੍ਰੋਫੈਸ਼ਨਲ ਯੂਨੀਵਰਸਿਟੀ ਥਰਡ ਤੇ ਆ ਪੰਜਾਬ ਯੂਨੀਵਰਸਿਟੀ ਠੀਕ ਹੈ ਸੈਕਿੰਡ ਥਰਡ ਅਗਲਾ ਪ੍ਰਸ਼ਨ ਆ ਜੀ ਨਿਰਮਲ ਦੇਸ਼ ਪਾਂਡੇ ਮੈਮੋਰੀਅਲ ਵਿਸ਼ਵ ਸ਼ਾਂਤੀ ਪੁਰਸਕਾਰ ਕਿਸ ਨੂੰ ਦਿੱਤਾ ਗਿਆ ਹਾਂਜੀ ਨਿਰਮਲ ਦੇਸ਼ ਪਾਂਡੇ ਮੈਮੋਰੀਅਲ ਵਿਸ਼ਵ ਸ਼ਾਂਤੀ ਪੁਰਸਕਾਰ ਕਿਸ ਨੂੰ ਦਿੱਤਾ ਗਿਆ ਇਹ ਦਿੱਤਾ ਗਿਆ ਹੈ ਜੀ ਜਨਰਲ ਤੇਜ ਕੋਲ ਨੂੰ অপশন নাম্বার B ইজ দা রাইট অ্যানসার ঠিক ਹੈ اگلا ප්‍රශ්න ਅਸੀਂ ਕਰਦੇ ਹਾਂ ਭਾਰਤ ਨੇ ਹਾਲ ਹੀ ਵਿੱਚ ਕਿਸ ਦੇਸ਼ ਨਾਲ ਤਿਕੋਣੀ ਵਿਕਾਸ ਸਹਿਯੋਗ ਸਮਝੌਤਾ ਕੀਤਾ ਹਾਂਜੀ ਭਾਰਤ ਨੇ ਰੀਸੈਂਟਲੀ ਜਰਮਨੀ ਦੇਸ਼ ਦੇ ਨਾਲ ਤਿਕੋਣੀ ਵਿਕਾਸ ਸਹਿਯੋਗ ਸਮਝੌਤਾ ਕੀਤਾ অপশন ਨੰਬਰ C ইজ দা রাইট অ্যানসার ਹੈ ਜਰਮਨੀ ঠিক ਹੈ ਹੁਣ ਜਰਮਨੀ ਦੀ ਗੱਲ ਕੀਤੀ ਆ ਤਾਂ ਜਰਮਨੀ ਦੀ ਕੈਪੀਟਲ ਕੀ ਆ ਜਰਮਨੀ ਦੀ ਕੈਪੀਟਲ ਆ ਜੀ ਵਰਲੇ ਇਥੋਂ ਦੀ ਕਰੰਸੀ ਆ ਯੂਰੋ ਇਥੋਂ ਦੇ ਪ੍ਰੈਜ਼ੀਡੈਂਟ ਆ ਫ੍ਰੈਂਕ ਵੋਲਟਰ ਸਟੇਨ ਮੇਅਰ ਇਥੋਂ ਦੇ ਚਾਂਸਲਰ ਆ ਓਲਾਫ ਸਕੋਲਜ ਅਗਲਾ ਪ੍ਰਸ਼ਨ ਤੁਨੋਸ਼ ਸ਼੍ਰੀਕਾਂਤ ਨੇ ਹਾਲ ਹੀ ਵਿੱਚ 24ਵੇਂ ਡੈਫ 올림픽 ਵਿੱਚ ਕਿਹੜਾ ਮੈਡਲ ਜਿੱਤੇ ਆ ਹਾਂਜੀ 24ਵੇਂ ਡੈਫ 올림픽 ਦੇ ਵਿੱਚ ਚਾਂਦੀ ਦਾ ਮੈਡਲ ਜਿੱਤੇ ਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਕਿੰਨਾ ਨੇ ਜਿੱਤਿਆ ਵਾ ਤੁਹਾਨੂੰ ਉਸ ਸ਼੍ਰੀ ਕਾਂਤ ਨੇ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਵਾਈਟ ਹਾਊਸ ਦਾ ਪਹਿਲਾ ਕਾਲਾ ਪ੍ਰੈਸ 77 ਕੌਣ ਬਣਿਆ ਹਾਂਜੀ ਵਾਈਟ ਹਾਊਸ ਦੇ ਪਹਿਲੇ ਪ੍ਰੈਸ 77 ਬਣੇ ਆ ਕੈਰਨ ਜੀਨ ਪਿਆਰੇ অপਸ਼ਨ ਏ ਇਜ਼ ਦਾ ਰਾਈਟ ਆਨਸਰ ਇਹ ਸਾਊਥ ਅਫਰੀਕਨ ਆ ਠੀਕ ਹੈ ਅਗਲਾ ਪ੍ਰਸ਼ਨ हाल ही ਵਿੱਚ ਵਿਸ਼ਵ ਭੋਜਨ ਪੁਰਸਕਾਰ 2022 ਕਿਸ ਨੂੰ ਦਿੱਤਾ ਗਿਆ ਹਾਂਜੀ ਵਿਸ਼ਵ ਭੋਜਨ ਪੁਰਸਕਾਰ 2022 ਇਹ ਦਿੱਤਾ ਗਿਆ ਵਾ ਕਿਹਨਾਂ ਨੂੰ ਦਿੱਤਾ ਗਿਆ ਸਿੰਥੀਆ ਰੁਸੇਨ ਜਵੇਗ ਨੂੰ ਆਪਸ਼ਨ A ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਅਗਲਾ ਪ੍ਰਸ਼ਨ ਹੱਦਬੰਦੀ ਕਮਿਸ਼ਨ ਦਾ ਮੁਖੀ ਕੌਣ ਹੈ ਜਿਸ ਨੇ ਹਾਲ ਹੀ ਵਿੱਚ ਜੰਮੂ ਕਸ਼ਮੀਰ ਦਾ ਚੋਣ ਨਕਸ਼ਾ ਦੁਬਾਰਾ ਤਿਆਰ ਕੀਤਾ ਹਾਂਜੀ ਹੱਦਬੰਦੀ ਕਮਿਸ਼ਨ ਦਾ ਮੁਖੀ ਆ ओम प्रकाश भट्ट ठीक है ओम प्रकाश ओम प्रकाश भट्ट ਤੇ ਇਹਨਾਂ ਨੇ ਹੀ ਜੰਮੂ ਅਤੇ ਕਸ਼ਮੀਰ ਦਾ ਚੋਣ ਨਕਸ਼ਾ ਤਿਆਰ ਕੀਤਾ অপশন এ ਇਸ ਦਾ রাইট आंसर है ਤੇ SBI ਦੇ ਸਾਬਕਾ ਚੇਅਰਮੈਨ ਆ ਅਗਲਾ ਪ੍ਰਸ਼ਨ ਆ ਜੀ ਕਿਸ ਰਾਜ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ પ્રોਤਸਾਹਨ ਦਾ ਐਲਾਨ ਕੀਤਾ हां जी रिसेंटली ਸਾਡੇ ਪੰਜਾਬ ਦੀ ਗਵਰਨਮੈਂਟ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਪ੍ਰੋਤਸਾਹਨ ਦਾ ਐਲਾਨ ਕੀਤਾ অপশন ਸੀ ਇਸ ਦਾ রাইਟ ਆਂਸਰ ਅਗਲਾ ਪ੍ਰਸ਼ਨ ਆ ਜੀ ਕਿਸ ਨੇ ਹਾਲ ਹੀ ਵਿੱਚ ਯੂਏਈ T20 ਲੀਗ ਦੀ ਫਰੈਂਚਾਈਜ਼ੀ ਹਾਸਲ ਕੀਤੀ हां जी ਯੂਏਈ T20 ਲੀਗ ਦੀ ਫਰੈਂਚਾਈਜ਼ੀ ਹਾਸਲ ਕੀਤੀ ਆ ਅਡਾਨੀ ਗਰੁੱਪ ਨੇ অপশন সি ইজ দা রাইট आंसर ঠিক এ এ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਆ ਜੀ ਕਿਸ ਨੇ 26ਵੀਂ ਵਾਰ ਐਵਰੈਸਟ ਫਤਿਹ ਕਰਕੇ ਆਪਣਾ ਰਿਕਾਰਡ ਤੋੜਿਆ ਹਾਂਜੀ 26ਵੀਂ ਵਾਰ ਐਵਰੈਸਟ ਦੇ ਜਾਣ ਵਾਲੇ ਪਹਿਲੇ ਆਪਾਂ ਕਹਿ ਸਕਦੇ ਹਾਂ ਰਿਕਾਰਡ ਬਣਾਇਆ ਵਾ ਕਾਮੀ ਸਰਪਾ ਨੇ অপশন ਏ ਇਜ਼ ਦਾ রাইਟ आंसर ਅਗਲਾ ਪ੍ਰਸ਼ਨ ਆ ਜੀ ਚੀਨ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ 2022 ਨੂੰ ਕਿੰਨੇ ਹਾਂਜੀ ਚੀਨ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ 2022 ਨੂੰ ਕਿੰਨੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਤਾਂ ਇਹ ਕੀਤਾ ਗਿਆ 2023 ਦੇ ਲਈ অপਸ਼ਨ ਸੀ ਇਸ ਦਾ রাইਟ ਆਨਸਰ ਹੈ ਠੀਕ ਹੈ ਜੀ 2023 ਦੇ ਵਿੱਚ ਹੁਣ ਸਤੰਬਰ ਦੇ ਵਿੱਚ ਇਹ ਖੇਡਾਂ ਹੋਣਗੀਆਂ ਚੀਨ ਦੇ ਵਿੱਚ ਕੋਵਿਡ 19 ਦੇ ਜਿਹੜੇ ਕੇਸਿਸ ਆ ਉਹ ਲਗਾਤਾਰ ਵਧ ਰਹੇ ਸੀ ਤਾਂ ਇਸ ਕਰਕੇ ਇਹ ਜਿਹੜੀਆਂ ਖੇਡਾਂ ਆ ਇਹਨਾਂ ਨੂੰ ਅੱਗੇ ਐਕਸਟੈਂਡ ਕੀਤਾ ਗਿਆ ਸੀ অপਸ਼ਨ ਸੀ ਇਸ ਦਾ রাইਟ ਆਨਸਰ ਹੈ ਅਗਲਾ ਪ੍ਰਸ਼ਨ ਭਾਰਤ ਦੇ ਪਹਿਲੇ ਬਾਇਓਗੈਸ ਸੰਚਾਲਿਤ EV ਚਾਰਜਿੰਗ ਸਟੇਸ਼ਨ ਦਾ ਹਾਲ ਹੀ ਵਿੱਚ ਕਿੱਥੇ ਉਦਘਾਟਨ ਕੀਤਾ ਗਿਆ ਹਾਂ ਜੀ ਭਾਰਤ ਦੇ ਪਹਿਲੇ ਬਾਇਓਗੈਸ ਸੰਚਾਲਿਤ EV ਸਟੇਸ਼ਨ ਦਾ ਉਦਘਾਟਨ ਨਵੀਂ ਦਿੱਲੀ ਦੇ ਵਿੱਚ ਹੋਇਆ অপਸ਼ਨ ਸੀ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਖੇਲੋ ਇੰਡੀਆ ਜੂਥ ਗੇਮਸ 2021-22 ਕਿੱਥੇ ਆਯੋਜਿਤ ਕੀਤੀ ਜਾਵੇਗੀ ਹਾਂਜੀ ਖੇਲੋ ਇੰਡੀਆ ਜੂਥ ਗੇਮਸ 2021-22 ਕਿੱਥੇ ਆਯੋਜਿਤ ਕੀਤੀਆਂ ਜਾਣਗੀਆਂ ਇਹ ਆਯੋਜਿਤ ਕੀਤੀਆਂ ਜਾਣਗੀਆਂ ਪੰਚਕੂਲਾ ਦੇ ਵਿੱਚ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ 5000 ਮੀਟਰ ਦੌੜਾਂ ਚ ਕਿਸ ਨੇ 30 ਸਾਲ ਪੁਰਾਣਾ ਰਿਕਾਰਡ ਤੋੜਿਆ ਹਾਂਜੀ 5000 ਮੀਟਰ ਦੌੜ ਦੇ ਵਿੱਚ 30 ਸਾਲ ਪੁਰਾਣਾ ਰਿਕਾਰਡ ਤੋੜਿਆ ਅਵਿਨੇਸ਼ ਸੈਬਲ ਨੇ অপਸ਼ਨ A ਇਜ਼ ਦਾ ਰਾਈਟ ਆਨਸਰ ਦੇਖੋ ਅਵਿਨੇਸ਼ ਸੈਬਲ ਨੇ ਜਿਹੜਾ ਰਿਕਾਰਡ ਤੋੜਿਆ ਉਹ ਰਿਕਾਰਡ ਹੈ ਕੀ ਸੀ 1992 ਦੇ ਵਿੱਚ ਮਹਾਰਾਸ਼ਟਰ ਦੇ ਬਹਾਦਰ ਪ੍ਰਸ਼ਾਦ ਦੁਆਰਾ ਬਣਾਏ ਗਏ 13 ਮਿੰਟ 29.70 ਸੈਕਿੰਡ ਦੇ ਰਿਕਾਰਡ ਨੂੰ ਤੋੜ ਕੇ ਅਵਿਨਾਸ਼ ਸੈਬਲ ਨੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਅਗਲਾ ਪ੍ਰਸ਼ਨ हाल ही ਵਿੱਚ ਰੋਡਰੀ ਗੋਚਾ ਵੈਸ ਨੂੰ ਕਿਸ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ ਹਾਂਜੀ ਰੋਡਰੀ ਗੋਚਾ ਵੈਸ ਇਹਨਾਂ ਨੂੰ ਕਿਹੜੇ ਦੇਸ਼ ਦੇ ਰਾਸ਼ਟਰਪਤੀ ਚੁਣਿਆ ਗਿਆ ਇਹਨਾਂ ਨੂੰ ਚੁਣਿਆ ਗਿਆ ਹੈ ਜੀ ਕੋਸਟ ਰੀਚਾ ਦੇ অপਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਕਿਹੜੇ ਦੇਸ਼ ਦੇ ਕੋਸਟ ਰੀਚਾ ਦੇ ਇਹ ਤੁਸੀਂ ਯਾਦ ਰੱਖਣਾ ਕੋਸਟ ਰੀਚਾ ਕੋਸਟ ਰੀਚਾ ਦੀ ਵੈਸੇ ਕੈਪੀਟਲ ਦੀ ਜੇ ਗੱਲ ਕਰੀਏ ਤਾਂ ਕੈਪੀਟਲ ਕੀ ਹੈ ਸੈਨ ਜੋਸ ਇਥੋਂ ਦੀ ਕਰੰਸੀ ਆ ਕੋਲੋਨ ਠੀਕ ਹੈ ਅਗਲਾ ਪ੍ਰਸ਼ਨ ਆ ਜੀ ਹਾਲ ਹੀ ਵਿੱਚ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਕੌਣ ਬਣਿਆ ਹਾਂਜੀ ਮੁੱਖ ਚੋਣ ਕਮਿਸ਼ਨਰ ਕੌਣ ਬਣੇ ਆ ਰਾਜੀਵ ਕੁਮਾਰ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਇਹ ਚੋਣ ਕਮਿਸ਼ਨਰ ਬਣੇ ਆ ਤੇ ਇੰਡੀਆ ਦੇ 25ਵੇਂ ਬਣੇ ਆ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਹਾਂਜੀ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ CBSE ਬੋਰਡ ਦੇ ਤੁਹਾਨੂੰ ਪੁੱਛ ਸਕਦੇ ਆ ਚੇਅਰਮੈਨ ਨਿਧੀ ਸ਼ਿਬਰ ਬਣੇ ਆ ਠੀਕ ਹੈ ਅਗਲਾ ਪ੍ਰਸ਼ਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਹਾਲ ਹੀ ਵਿੱਚ ਕਿਸ ਨਾਲ ਸਮਝੌਤਾ ਕੀਤਾ ਹਾਂਜੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਸ ਦੇ ਨਾਲ ਸਮਝੌਤਾ ਕੀਤਾ ਤਾਂ ਇਹ ਸਮਝੌਤਾ ਕੀਤਾ ਗਿਆ ਹੈ ਜੀ UNDP ਨਾਲ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ UNDP ਅਗਲਾ ਪ੍ਰਸ਼ਨ ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਕਿਸ ਨੂੰ ਚੁਣਿਆ ਗਿਆ ਵੈਰੀ ਇੰਪੋਰਟੈਂਟ ਹਾਂਜੀ ਸ਼੍ਰੀਲੰਕਾ ਦੇ ਜਿਹੜੇ ਨਵੇਂ ਪ੍ਰਧਾਨ ਮੰਤਰੀ ਆ ਵੈਸੇ ਆ ਵੀ ਚੁੱਕਿਆ ਇਹ ਐਗਜ਼ਾਮ ਦੇ ਵਿੱਚ ਕੌਣ ਬਣਿਆ ਜੀ ਨਵੇਂ ਪ੍ਰਧਾਨ ਮੰਤਰੀ ਸ਼੍ਰੀਲੰਕਾ ਦੇ ਇਹ ਵੈਸੇ 2022 ਵਾਲਾ ਵਾ ਠੀਕ ਹੈ ਤਾਂ ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਆ ਰਣੇਲ ਵਿਕਰਮ ਸਿੰਘ ਇਹ ਪਹਿਲਾ ਪ੍ਰਧਾਨ ਮੰਤਰੀ ਬਣੇ ਸੀ ਧਿਆਨ ਨਾਲ ਸੁਣੋ ਇੱਥੇ ਮੈਂ ਕੀ ਕਹਿਣਾ ਚਾਹਣੀ ਆ ਹੁਣੇ ਪ੍ਰੈਜ਼ੀਡੈਂਟ ਬਣ ਗਏ ਨੇ ਇਹ ਤਾਂ 2022 ਦੀ ਗੱਲ ਹੋਈ ਹੈ ਨਾ ਪ੍ਰੈਜ਼ੀਡੈਂਟ ਕੌਣ ਬਣੇ ਨੇ ਰਨਿਲ ਵਿਕਰਮ ਸਿੰਘੇ ਹੁਣ ਸ਼੍ਰੀਲੰਕਾ ਦੇ ਪ੍ਰੈਜ਼ੀਡੈਂਟ ਆ ਇਸ ਕਰਕੇ ਐਮਸੀਕਿਊ ਬਹੁਤ ਫੇਮਸ ਹੋਇਆ ਤੇ ਐਗਜ਼ਾਮ ਦੇ ਵਿੱਚ ਹੁਣ ਤੱਕ ਪੁੱਛਿਆ ਵੀ ਜਾ ਚੁੱਕਿਆ ਬਹੁਤ ਵਾਰ ਰਨਿਲ ਵਿਕਰਮ ਸਿੰਘੇ ਹੁਣ ਪ੍ਰੈਜ਼ੀਡੈਂਟ ਆ ਹੁਣ ਉੱਥੋਂ ਦੇ ਪ੍ਰੀਮੀਨਿਸਟਰ ਆ ਦਿਨੇਸ਼ ਗੁਣਵਰਦਨ ਪਹਿਲਾਂ ਇਹ ਪ੍ਰੈਜ਼ੀਡੈਂਟ ਬਣੇ ਸੀ ਰਨਿਲ ਵਿਕਰਮ ਸਿੰਘੇ ਠੀਕ ਹੈ ਸੌਰੀ ਪ੍ਰਧਾਨ ਮੰਤਰੀ ਹੁਣ ਇਹ ਪ੍ਰੈਜ਼ੀਡੈਂਟ ਬਣ ਗਏ ਨੇ ਹੁਣ ਉੱਥੋਂ ਦੇ ਪ੍ਰਧਾਨ ਮੰਤਰੀ ਆ ਦਿਨੇਸ਼ ਗੁਣਵਰਦਨ ਠੀਕ ਹੈ ਇਸ ਅਕੋਰਡਿੰਗ ਆਪਸ਼ਨ ਡੀ ਰਾਈਟ ਹੋਊਗੀ ਕਿੰਨਾ ਵਿੱਚੋਂ ਕੋਈ ਨਹੀਂ ਜੇ ਐਗਜ਼ਾਮ ਚੋਂਦਾ ਤਾਂ ਅਗਲਾ ਪ੍ਰਸ਼ਨ ਟੈਂਪਲੇਟਨ ਇਨਾਮ 2022 ਕਿਸ ਨੂੰ ਦਿੱਤਾ ਗਿਆ ਹਾਂਜੀ ਇਹ ਇਨਾਮ ਆ ਜਿਹੜਾ 2022 ਦਾ ਇਹ ਦਿੱਤਾ ਗਿਆ ਏ ਜੀ ਪ੍ਰਕਾਸ਼ ਸਿੰਘ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਪ੍ਰਕਾਸ਼ ਸਿੰਘ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਤੇ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਏਅਰ ਇੰਡੀਆ ਦੇ ਐਮ ਡੀ ਅਤੇ ਸੀਈਓ ਵਜੋਂ ਕਿਸ ਨੂੰ ਨਾਮਜ਼ਦ ਕੀਤਾ ਗਿਆ ਹਾਂਜੀ ਏਅਰ ਇੰਡੀਆ ਦੇ ਐਮ ਡੀ ਅਤੇ ਸੀਈਓ ਵਜੋਂ ਨਾਮਜ਼ਦ ਕੀਤੇ ਗਏ ਆ ਕੌਣ ਕੀਤੇ ਗਏ ਆ ਕੈਂਪਵੈਲ ਵਿਲਸਨ অপਸ਼ਨ ਵੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਜੂਨੀਅਰ ਤੀਰਅੰਦਾਜ਼ੀ ਏਸ਼ੀਆ ਕੱਪ 2022 ਕਿਹੜਾ ਦੇਸ਼ ਸਿਖਰ ਤੇ ਰਿਹਾ ਹਾਂਜੀ ਜੂਨੀਅਰ ਤੀਰੰਦਾਜ਼ੀ ਏਸ਼ੀਆ ਕੱਪ 2022 ਦੇ ਵਿੱਚ ਕਿਹੜਾ ਦੇਸ਼ ਟੌਪ ਤੇ ਰਿਹਾ ਤਾਂ ਇਹ ਰਿਹਾ ਜੀ ਭਾਰਤ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੈ ਭਾਰਤ ਟੌਪ ਤੇ ਰਿਹਾ ਠੀਕ ਹੈ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਇਟਾਲੀਅਨ ਕੱਪ 2022 ਦਾ ਖਿਤਾਬ ਕਿਸ ਨੇ ਜਿੱਤਿਆ ਹਾਂਜੀ ਇਟਾਲੀਅਨ ਕੱਪ 2022 ਦਾ ਖਿਤਾਬ ਜਿੱਤਿਆ ਹੈ ਇੰਟਰ ਮਿਲਾਨ ਨੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ हाल ही ਵਿੱਚ ਮਹਿਲਾ ਹਾਕੀ ਏਸ਼ੀਆ ਕੱਪ 2022 ਦਾ ਖਿਤਾਬ ਕਿਸ ਨੇ ਜਿੱਤਿਆ? ਹਾਂਜੀ ਮਹਿਲਾ ਹਾਕੀ ਏਸ਼ੀਆ ਕੱਪ 2022 ਦਾ ਖਿਤਾਬ ਜਿੱਤਿਆ ਹੈ ਜਪਾਨ ਨੇ। ਆਪਸ਼ਨ A ਇਜ਼ ਦਾ ਰਾਈਟ ਆਨਸਰ। ਜਪਾਨ ਨੇ ਜਿੱਤਿਆ। ਜਪਾਨ ਦੀ ਕੈਪੀਟਲ ਕੀ ਹੈ? ਟੋਕੀਓ। ਇੱਥੋਂ ਦੀ ਕਰੰਸੀ ਆ ਜੇਨ। ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਫੂਮਿਓ ਕਿਆਸੀ ਦਾ। ਅਗਲਾ ਪ੍ਰਸ਼ਨ ਕਿਸ ਦੇਸ਼ ਦੀ ਟੀਮ ਨੇ ਥੌਮਸ ਕੱਪ 2022 ਜਿੱਤਿਆ? हां जी थॉम्स कप 2022 ਜਿੱਤਿਆ ਹੈ ਇੰਡੀਆ ਦੀ ਟੀਮ ਨੇ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਮਾਨਿਕ ਸਾਹ ਕਿਸ ਰਾਜ ਦੇ ਨਵੇਂ ਮੁੱਖ ਮੰਤਰੀ ਬਣੇ ਹਨ हां जी ਮਾਨਿਕ ਸਾਹ ਕਿਹੜੇ ਰਾਜ ਦੇ ਨਵੇਂ ਮੁੱਖ ਮੰਤਰੀ ਆ ਤੇ ਬਣੇ ਆ ਤ੍ਰਿਪੁਰਾ ਦੇ ਤ੍ਰਿਪੁਰਾ ਦੇ ਮੁੱਖ ਮੰਤਰੀ ਕੌਣ ਆ ਮਾਨਿਕ ਸਾਹ ਤ੍ਰਿਪੁਰਾ ਦੀ ਕੈਪੀਟਲ ਕੀ ਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਤ੍ਰਿਪੁਰਾ ਦੀ ਕੈਪੀਟਲ ਅਗਰਤਲਾ ਅਗਲਾ ਪ੍ਰਸ਼ਨ ਅਜੀ ਕਿਸ ਰਾਜ ਦੇ ਰਾਮਗੜ੍ਹ ਵਿਸ਼ਤਾਰੀ ਟਾਈਗਰ ਰਿజర్ਵ ਨੂੰ ਭਾਰਤ ਦਾ 59ਵਾਂ ਟਾਈਗਰ ਰਿజర్ਵ ਘੋਸ਼ਿਤ ਕੀਤਾ ਗਿਆ ਵੈਰੀ ਇੰਪੋਰਟੈਂਟ ਹਾਂਜੀ ਭਾਰਤ ਦਾ 59ਵਾਂ ਟਾਪ 59ਵਾਂ ਟਾਈਗਰ ਰਿజర్ਵ ਆ ਜਿਹੜਾ ਘੋਸ਼ਿਤ ਕੀਤਾ ਗਿਆ ਵਾ Rajasthan ਨੂੰ ਆਪਸ਼ਨ B ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਐਲਿਜ਼ਾਬੈਥ ਵਾਰਨ ਕਿਸ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਹੈ ਹਾਂਜੀ ਐਲਿਜ਼ਾਬੈਥ ਵਾਰਨ ਇਹ ਕਿਹੜੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਆ ਤਏ ਬਣੀ ਆ ਜੀ ਫਰਾਂਸ ਦੀ অপਸ਼ਨ ਏ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਐਂਥਨੀ ਅਲਬਨੀਜ਼ ਕਿਸ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਹਨ ਹਾਂਜੀ ਐਂਥਨੀ ਅਲਬਨੀਜ਼ ਇਹ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਆ অপਸ਼ਨ ਵੀ ਇਜ਼ ਦਾ ਰਾਈਟ ਆਨਸਰ ਆਸਟ੍ਰੇਲੀਆ ਦੀ ਕੈਪੀਟਲ ਕੀ ਹੈ ਕੈਨਵਰਾ ਇਤੋਂ ਦੀ ਕ੍ਰਾਂਸੀ ਆਸਟ੍ਰੇਲੀਅਨ ਡਾਲਰ ਤੇ ਇਤੋਂ ਦੇ ਪ੍ਰਾਈਮ ਮਿਨਿਸਟਰ ਤਾਂ ਹੀ ਬਣ ਗਏ ਨੇ ਐਂਥਨੀ ਅਲਬਨੀਜ਼ ਅਗਲਾ ਪ੍ਰਸ਼ਨ ਆ ਜੀ ਵਿਸ਼ਵ ਸਿਹਤ ਸੰਗਠਨ ਦਾ ਮੁਖੀ ਕਿਸ ਨੂੰ ਚੁਣਿਆ ਗਿਆ ਹਾਂਜੀ ਵਰਲਡ ਹੈਲਥ ਆਰਗੇਨਾਈਜੇਸ਼ਨ ਇਸ ਦੇ ਮੁਖੀ ਕਿੰਨਾ ਨੂੰ ਚੁਣਿਆ ਗਿਆ ਹੈ ਤਾਂ ਇਹ ਚੁਣਿਆ ਗਿਆ ਹੈ ਜੀ ਟੈਡਰੋਜ਼ ਅਦਾਨੋ ਗਵੇਰੀਅਸ ਨੂੰ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਸ ਦੀ ਸਥਾਪਨਾ ਕਰੋ ਹੋਈ ਸੀ ਹਾਂਜੀ WHO ਇਸ ਦੀ ਸਥਾਪਨਾ ਹੋਈ ਸੀ 1 April 1935 ਨੂੰ ਤੇ ਇਸ ਦਾ ਹੈੱਡਕੁਆਰਟਰ ਕਿੱਥੇ ਆ ਆਪਾਂ ਆਲਰੇਡੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਵਾ ਜੇ ਵੀਡੀਓ ਨੂੰ ਧਿਆਨ ਨਾਲ ਦੇਖਿਆ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ WHO ਇਸ ਦੀ ਸਥਾਪਨਾ ਹੋਈ ਸੀ 7 April 1948 ਨੂੰ ਠੀਕ ਹੈ ਮੈਂ 1935 ਬੋਲ ਦਿੱਤਾ ਉਹ ਅਬਾਈ ਮਿਸਟੇਕ ਥੋੜਾ ਮਿਕਸ ਹੋ ਜਾਂਦਾ ਵਾ ਇਸ ਦੀ ਸਥਾਪਨਾ ਹੋਈ ਸੀ 1948 ਨੂੰ ਹੁਣ ਧਿਆਨ ਦਿਓ 7 ਅਪ੍ਰੈਲ 1948 ਨੂੰ ਇਸ ਦਾ ਹੈੱਡਕੁਆਰਟਰ ਜਨੇਵਾ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਹੈੱਡ ਟੈਡਰੋਜ਼ ਅਦਾਨੋ ਗਵੇਰੀਅਸ ਅਗਲਾ ਪ੍ਰਸ਼ਨ ਭਾਰਤੀ ਫੌਜ ਦੀ ਪਹਿਲੀ ਮਹਿਲਾ ਲੜਾਕੂ ਐਵੀਏਟਰ ਕੌਣ ਬਣੀ ਹਾਂਜੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਲੜਾਕੂ ਐਵੀਏਟਰ ਬਣੀ ਆ ਕੌਣ ਬਣੀ ਆ ਜੀ ਅਵਿਲਾਸ਼ਾ ਬਾਰਕ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਫ੍ਰੈਂਚ ਰਿਵੇਰਾ ਫਿਲਮ ਫੈਸਟੀਵਲ ਵਿੱਚ ਐਕਸੀਲੈਂਸ ਇਨ ਸਿਨੇਮਾ ਅਵਾਰਡ ਕਿਸ ਨੂੰ ਦਿੱਤਾ ਗਿਆ ਹਾਂਜੀ ਫਿਲਮ ਫੈਸਟੀਵਲ ਦੇ ਵਿੱਚ ਐਕਸੀਲੈਂਸ ਇਨ ਸਿਨੇਮਾ ਅਵਾਰਡ ਦਿੱਤਾ ਗਿਆ ਹੈ ਕਿਹਨੂੰ ਦਿੱਤਾ ਗਿਆ ਵਾ ਤਾਂ ਇਹ ਦਿੱਤਾ ਗਿਆ ਹੈ ਜੀ ਨਾਵਾ ਯੂਡਿਨ ਸਿਦੀ ਕੋਈ ਨੂੰ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹੈ 2021-22 ਵਿੱਚ ਭਾਰਤ ਦਾ ਪਹਿਲਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਕੌਣ ਬਣਿਆ? ਹਾਂਜੀ 2021-22 ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ ਹੈ ਯੂਐਸਏ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਜਾਨੀ ਕਿ ਅਮਰੀਕਾ ਅਮਰੀਕਾ ਦੀ ਕੈਪੀਟਲ ਕੀ ਹੈ ਵਾਸ਼ਿੰਗਟਨ ਡੀਸੀ ਇੱਥੋਂ ਦੀ ਕਰੰਸੀ ਆਮਰੀਕਨ ਡਾਲਰ ਤੇ ਇੱਥੋਂ ਦੇ ਪ੍ਰੈਜ਼ੀਡੈਂਟ ਕੌਣ ਨੇ? ਯੋ ਵਾਈਡਨ ਤੇ ਵਾਇਸ ਪ੍ਰੈਜ਼ੀਡੈਂਟ ਨੇ ਕਮਲਾ ਹੈਰਿਸ ਇਹ ਵੀ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਹੈ ਜੀ ਹਾਲ ਹੀ ਵਿੱਚ ਹਾਲ ਹੀ ਵਿੱਚ ਭਾਰਤ ਦੇ ਭੂ ਵਿਗਿਆਨਿਕ ਸਰਵੇਖਣ ਦੇ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਕਿੱਥੇ ਹੈ ਹਾਂਜੀ ਭਾਰਤ ਦੇ ਭੂ ਵਿਗਿਆਨਿਕ ਸਰਵੇਖਣ ਦੇ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਆ ਜਿਹੜਾ ਇਹ ਹੈਗਾ ਵਾ ਵਿਹਾਰ ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ IPL 2022 ਦਾ ਫਾਈਨਲ ਕਿਸ ਨੇ ਜਿੱਤੇ ਆ ਹਾਂਜੀ IPL 2022 ਦਾ ਫਾਈਨਲ ਜਿੱਤੇ ਆ ਕਿੰਨਾ ਨੇ ਜਿੱਤੇ ਆ ਗੁਜਰਾਤ ਟਾਈਟਨਸ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਿਸ ਰਾਜ ਨੂੰ ਹਾਲ ਹੀ ਵਿੱਚ WHO ਦੁਆਰਾ ਪੁਰਸਕਾਰ ਮਿਲਿਆ ਹਾਂਜੀ WHO ਦੁਆਰਾ ਝਾਰਖੰਡ ਨੂੰ ਪੁਰਸਕਾਰ ਮਿਲਿਆ ਹੈ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੈ ਵੈਰੀ ਇੰਪੋਰਟੈਂਟ ਅਗਲਾ ਪ੍ਰਸ਼ਨ ਆਜੀ ਅੰਤਿਮ ਅਨੰਤ ਸੁਪਰ ਕੰਪਿਊਟਰ ਹਾਲ ਹੀ ਵਿੱਚ ਕਿੱਥੇ ਸ਼ੁਰੂ ਕੀਤਾ ਗਿਆ ਹਾਂਜੀ ਅੰਤਿਮ ਅਨੰਤ ਸੁਪਰ ਕੰਪਿਊਟਰ ਕਿੱਥੇ ਸ਼ੁਰੂ ਕੀਤਾ ਗਿਆ ਹੈ ਇਹ ਕੀਤਾ ਗਿਆ ਆਈਆਈਟੀ ਗਾਂਧੀ ਨਗਰ ਦੇ ਵਿੱਚ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆਜੀ ਕਿਹੜੀ ਰਾਜ ਸਰਕਾਰ ਨੇ ਭੌਤਿਕ ਸਟੈਂਪ ਪੇਪਰਾਂ ਨੂੰ ਖਤਮ ਕਰ ਦਿੱਤਾ ਵੈਰੀ ਇੰਪੋਰਟੈਂਟ ਹਾਂਜੀ ਭੌਤਿਕ ਸਟੈਂਪ ਪੇਪਰਾਂ ਨੂੰ ਖਤਮ ਕੀਤਾ ਪੰਜਾਬ ਦੀ ਗਵਰਨਮੈਂਟ ਨੇ অপਸ਼ਨ ਬੀ ਇਸ ਦਾ ਰਾਈਟ ਆਂਸਰ ਹਾਂਜੀ ਹੁਣ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੀ ਕੈਪੀਟਲ ਕੀ ਹੈ ਚੰਡੀਗੜ੍ਹ ਇਥੋਂ ਦੇ ਚੀਫ ਮਿਨਿਸਟਰ ਨੇ ਭਗਵੰਤ ਸਿੰਘ ਮਾਨ ਤੇ ਇਥੋਂ ਦੇ ਗਵਰਨਰ ਨੇ ਬਨਵਾਰੀ لال ਪ੍ਰੋਹਿਤ ਪੰਜਾਬ ਦੀ ਹੱਦ ਇੱਕ ਦੇਸ਼ ਨੂੰ ਲੱਗਦੀ ਆ ਪਾਕਿਸਤਾਨ ਨੂੰ ਤਿੰਨ ਰਾਜਾਂ ਨੂੰ ਲੱਗਦੀ ਆ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੱਗਦੀ ਆ ਇਹ ਬਹੁਤ ਜ਼ਿਆਦਾ ਪੁੱਛੇ ਜਾਂਦੇ ਆ ਐਮਸੀਕਿਊ ਇਗਜ਼ਾਮ ਦੇ ਵਿੱਚ ਸਟੂਡੈਂਟ ਅਕਸਰ ਪਸਲ ਹੋ ਜਾਂਦੇ ਨੇ ਧਿਆਨ ਰੱਖਣਾ ਅਗਲਾ ਪ੍ਰਸ਼ਨ ਏਸ਼ੀਆ ਕੱਪ ਹਾਕੀ 2022 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਕਿਹੜਾ ਮੈਡਲ ਜਿੱਤਿਆ ਹਾਂ ਹਾਂਜੀ ਏਸ਼ੀਆ ਕੱਪ ਹਾਕੀ 2022 ਦੇ ਵਿੱਚ ਭਾਰਤੀ ਪੁਰਸ਼ ਟੀਮ ਨੇ ਕਿਹੜਾ ਮੈਡਲ ਜਿੱਤਿਆ ਹੈ ਬ੍ਰਾਊਨਜ਼ ਦਾ ਆਪਸ਼ਨ C ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਭਾਰਤੀ ਹਵਾਈ ਸੈਨਾ ਦਾ ਵਿਰਾਸਤੀ ਕੇਂਦਰ ਹਾਲ ਹੀ ਵਿੱਚ ਕਿੱਥੇ ਬਣਾਇਆ ਜਾਵੇਗਾ ਹਾਂਜੀ ਭਾਰਤੀ ਹਵਾਈ ਸੈਨਾ ਦਾ ਵਿਰਾਸਤੀ ਕੇਂਦਰ ਆ ਜਿਹੜਾ ਇਹ ਚੰਡੀਗੜ੍ਹ ਦੇ ਵਿੱਚ ਬਣਾਇਆ ਜਾਵੇਗਾ ਆਪਸ਼ਨ C ਇਜ਼ ਦਾ ਰਾਈਟ ਆਨਸਰ ਇੰਡੀਅਨ 에ਅਰ ਫੋਰਸ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਖੇਲੋ ਇੰਡੀਆ ਯੂਥ ਗੇਮਸ ਦਾ ਚੌਥਾ ਐਡੀਸ਼ਨ ਕਿਸ ਰਾਜ ਵਿੱਚ ਸ਼ੁਰੂ ਹੋਇਆ ਹਾਂਜੀ ਖੇਲੋ ਇੰਡੀਆ ਜੂਤ ਗੇਮਸ ਦਾ ਚੌਥਾ ਐਡੀਸ਼ਨ ਹਰਿਆਣਾ ਰਾਜ ਦੇ ਵਿੱਚ ਸ਼ੁਰੂ ਹੋਇਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਹਰਿਆਣਾ ਦੇ ਵਿੱਚ ਸ਼ੁਰੂ ਹੋਇਆ ਹਰਿਆਣਾ ਦੀ ਕੈਪੀਟਲ ਕੀ ਆ ਚੰਡੀਗੜ੍ਹ ਠੀਕ ਹੈ ਹਰਿਆਣਾ ਦੀ ਕੈਪੀਟਲ ਆ ਚੰਡੀਗੜ੍ਹ ਅਗਲਾ ਪ੍ਰਸ਼ਨ ਵਿਸ਼ਵ ਵਾਤਾਵਰਣ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਇਹ ਮਨਾਇਆ ਜਾਂਦਾ ਹੈ ਜੀ 5 ਜੂਨ ਨੂੰ ਹਰੇਕ ਸਾਲ অপਸ਼ਨ B ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਕੇਸ ਦੇਸ਼ ਨੇ ਪਹਿਲੀ ਵਾਰ FIH ਹਾਕੀ ਹਾਕੀ 5S ਚੈਂਪੀਅਨਸ਼ਿਪ ਜਿੱਤੀ। ਹਾਂਜੀ FIH ਹਾਕੀ 5S ਚੈਂਪੀਅਨਸ਼ਿਪ ਜਿੱਤੀ ਆ। ਇੰਡੀਆ ਨੇ অপਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ। ਪਹਿਲੀ ਵਾਰ ਜਿੱਤੀ ਆ ਬਹੁਤ ਇੰਪੋਰਟੈਂਟ ਆ। ਅਗਲਾ ਪ੍ਰਸ਼ਨ ਇਸ ਰਾ ਸਰਕਾਰ ਨੇ ਹਾਲ ਹੀ ਵਿੱਚ ਸਿੰਗਲ ਯੂਜ਼ ਪਲਾਸਟਿਕ ਤੇ ਪਾਬੰਦੀ ਲਗਾਈ। ਹਾਂਜੀ ਸਿੰਗਲ ਯੂਜ਼ ਪਲਾਸਟਿਕ ਤੇ ਪਾਬੰਦੀ ਲਗਾਈ ਆ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ ਜੀ। ਆਈਫਾ 2022 ਵਿੱਚ ਸਰਵੋਤਮ ਅਦਾਕਾਰ ਦਾ ਪੁਰਸਕਾਰ ਕਿਸ ਨੇ ਜਿੱਤਿਆ? ਹਾਂਜੀ ਸਰਵੋਤਮ ਅਦਾਕਾਰ 2022 ਦਾ ਪੁਰਸਕਾਰ ਜਿੱਤਿਆ ਏ ਵਿੱਕੀ ਕਾਉਸਲ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਵਿਸ਼ਵ ਭੋਜਨ ਸੁਰੱਖਿਆ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਭੋਜਨ ਸੁਰੱਖਿਆ ਦਿਵਸ ਹਰੇਕ ਸਾਲ 7 ਜੂਨ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਿਸ ਰਾਜ ਨੇ ਨੀਲੇ ਡਿਊਕ ਨੂੰ ਰਾਜ तितਲੀ ਘੋਸ਼ਿਤ ਕੀਤਾ ਹਾਂਜੀ ਨੀਲੇ ਡਿਊਕ ਨੂੰ ਰਾਜ तितਲੀ ਘੋਸ਼ਿਤ ਕੀਤਾ ਵਾ ਕਿਹੜੀ ਗਵਰਨਮੈਂਟ ਨੇ ਕੀਤਾ ਸਿੱਕਯਮ ਨੇ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਬਾਈਖੋ ਤਿਹਾਰ ਕਿਸ ਰਾਜ ਵਿੱਚ ਮਨਾਇਆ ਜਾਂਦਾ ਹੈ ਹਾਂਜੀ ਬਾਈਖੋ ਬਾਈਖੋ ਤਿਹਾਰ ਆ ਜਿਹੜਾ ਕਿਹੜੇ ਰਾਜ ਵਿੱਚ ਮਨਾਇਆ ਜਾਂਦਾ ਅਸਾਮ ਦੇ ਵਿੱਚ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਹਾਂਜੀ NHAI ਨੇ 5 ਦਿਨਾਂ ਵਿੱਚ ਕਿੰਨੇ ਕਿਲੋਮੀਟਰ ਸੜਕ ਬਣਾ ਕੇ ਗਿਨੀਜ਼ ਦੇ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹਾਂਜੀ NHAI ਨੇ 5 ਦਿਨਾਂ ਦੇ ਵਿੱਚ ਕਿੰਨੇ ਕਿਲੋਮੀਟਰ ਦੀ ਸੜਕ ਬਣਾਈ ਆ ਰੋਡ ਬਣਾਇਆ ਵਾ ਤਾਂ ਇਹ ਬਣਾਇਆ ਹੈ ਜੀ 75 ਕਿਲੋਮੀਟਰ ਦਾ ਠੀਕ ਹੈ অপਸ਼ਨ A ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਹੈ ਜੀ ਕਿੱਥੇ ਮਨਾਇਆ ਜਾ ਰਿਹਾ ਹੈ ਸ਼ੀਤਲ ਸੰਸਕ੍ਰਿਤੀ ਦਾ ਤਿਉਹਾਰ ਹਾਂਜੀ ਸ਼ੀਤਲ ਸੰਸਠੀ ਇਸ ਦਾ ਤਿਉਹਾਰ ਕਿੱਥੇ ਮਨਾਇਆ ਜਾ ਰਿਹਾ ਹੈ ਇਹ ਮਨਾਇਆ ਜਾ ਰਿਹਾ ਹੈ ਉੜੀਸਾ ਦੇ ਵਿੱਚ অপਸ਼ਨ B ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ हाल ही ਵਿੱਚ ਇੰਸਟਾਗ੍ਰam ਤੇ 20 ਕਰੋੜ ਫਾਲੋਅਰਸ ਵਾਲਾ ਪਹਿਲਾ ਕ੍ਰਿਕਟਰ ਕੌਣ ਬਣਿਆ ਹਾਂਜੀ ਇੰਸਟਾਗ੍ਰam ਤੇ 20 ਕਰੋੜ ਫਾਲੋਅਰਸ ਵਾਲੇ ਪਹਿਲੇ ਕ੍ਰਿਕਟਰ ਬਣੇ ਵਿਰਾਟ ਕੋਹਲੀ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਕਿਸ ਦੇਸ਼ ਨੇ ਚੰਦਰਮਾ ਦਾ ਨਵਾਂ ਭੂ ਵਿਗਿਆਨਿਕ ਨਕਸ਼ਾ ਭੂ ਵਿਗਿਆਨਿਕ ਨਕਸ਼ਾ ਜਾਰੀ ਕੀਤਾ ਤੈ ਜਾਰੀ ਕੀਤਾ ਹੈ ਜੀ ਚਾਈਨਾ ਨੇ অপਸ਼ਨ ਏ ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ हाल ही ਵਿੱਚ ਨਵਾਂ ਡੈਵੈਂਚੀ ਮਿਸ਼ਨ ਕੌਣ ਲਾਂਚ ਕਰੇਗਾ ਹਾਂਜੀ ਨਵਾਂ ਡੈਵੈਂਚੀ ਮਿਸ਼ਨ ਆ ਜਿਹੜਾ ਇਹ ਕੌਣ ਲਾਂਚ ਕਰੇਗਾ ਤੇ ਇਹ ਲਾਂਚ ਕਰੇਗਾ ਨਾਸਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਜਾਨਕਿ ਨੈਸ਼ਨਲ 에ਰੋਨੌਟਿਕਸ ਸਪੇਸ ਐਡਮਿਨਿਸਟ੍ਰੇਸ਼ਨ ਨਾਸਾ ਅਮਰੀਕਾ ਦੀ ਸਪੇਸ ਏਜੰਸੀ ਦਾ ਨਾਮ ਆ ਇਸਰੋ ਇੰਡੀਆ ਦੀ ਸਪੇਸ ਏਜੰਸੀ ਦਾ ਨਾਮ ਆ ਸੀਐਨਐਸਏ ਚਾਈਨਾ ਦੀ ਸਪੇਸ ਏਜੰਸੀ ਦਾ ਨਾਮ ਆ ਅਗਲਾ ਪ੍ਰਸ਼ਨ ਨਿਸ਼ਾਨੇਵਾਜ਼ ਅਵਨੀ ਲੇਖੜਾ ਨੇ ਪੈਰਾ ਵਰਲਡ ਕੱਪ ਵਿੱਚ ਕਿਹੜਾ ਮੈਡਲ ਜਿੱਤਿਆ? ਹਾਂਜੀ ਨਿਸ਼ਾਨੇਵਾਜ਼ ਅਵਨੀ ਲੇਖੜਾ ਇਹਨਾਂ ਨੇ 골ਡ ਮੈਡਲ ਜਿੱਤਿਆ ਪੈਰਾ ਵਰਲਡ ਕੱਪ ਦੇ ਵਿੱਚ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਕਿਸ ਨੇ ਹਾਲ ਹੀ ਵਿੱਚ ਕਿਤਾਬ ਲੋਕਤੰਤਰ ਕੇ ਸਵਰ ਰਿਲੀਜ਼ ਕੀਤੀ? ਹਾਂਜੀ ਲੋਕਤੰਤਰ ਕੇ ਸਵਰ ਰਿਲੀਜ਼ ਕੀਤੀ ਆ। ਰਮਿੰਦਰ ਪ੍ਰਧਾਨ ਨੇ ਇਹ ਸਾਡੇ ਕੇਂਦਰੀ ਸਿੱਖਿਆ ਮੰਤਰੀ ਨੇ অপਸ਼ਨ ਸੀ ਇਸ ਆ ਰਾਈਟ ਆਨਸਰ ਅਗਲਾ ਪ੍ਰਸ਼ਨ ਭਾਰਤ ਨੇ ਜਾਨਵਰਾਂ ਲਈ ਆਪਣੀ ਪਹਿਲੀ ਕੋਵਿਡ 19 ਵੈਕਸੀਨ ਕਿਸ ਨਾਮ ਨਾਲ ਲਾਂਚ ਕੀਤੀ ਹਾਂਜੀ ਭਾਰਤ ਨੇ ਜਾਨਵਰਾਂ ਦੇ ਲਈ ਪਹਿਲੀ ਕੋਵਿਡ 19 ਵੈਕਸੀਨ ਲਾਂਚ ਕੀਤੀ ਸੀ ਕਿਹੜੇ ਨਾਮ ਨਾਲ ਕੀਤੀ ਹੈ ਅਨੋਕੋਵੈਕਸ অপਸ਼ਨ ਡੀ ਇਸ ਆ ਰਾਈਟ ਆਨਸਰ ਅਗਲਾ ਪ੍ਰਸ਼ਨ ਆਜੀ ਕੇਸ ਨੂੰ ਹਾਲ ਹੀ ਵਿੱਚ ਮਨਰੇਗਾ ਲੋਕਪਾਲ ਨਿਯੁਕਤ ਕੀਤਾ ਗਿਆ ਹਾਂਜੀ ਮਨਰੇਗਾ ਮਨਰੇਗਾ ਲੋਕਪਾਲ ਨਿਯੁਕਤ ਕੀਤੇ ਗਏ ਆ ਐਨ ਜੀ ਔਂਜਾ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਰੂਸ ਅਤੇ ਕਿਸ ਦੇਸ਼ ਨੇ ਦੋਵਾਂ ਦੇਸ਼ਾਂ ਵਿੱਚ ਘਾਰ ਪਹਿਲੇ ਹਾਈਵੇ ਪੁਲ ਦਾ ਉਦਘਾਟਨ ਕੀਤਾ ਹਾਂਜੀ ਰੂਸ ਅਤੇ ਚਾਈਨਾ ਦੇਸ਼ ਨੇ ਦੋਵਾਂ ਦੇਸ਼ਾਂ ਵਿੱਚ ਘਾਰ ਪਹਿਲੇ ਹਾਈਵੇ ਪੁਲ ਦਾ ਉਦਘਾਟਨ ਕੀਤਾ ਆਪਸ਼ਨ A ਇਜ਼ ਦਾ ਰਾਈਟ ਆਨਸਰ ਚਾਈਨਾ ਚਾਈਨਾ ਦੀ ਕੈਪੀਟਲ ਕੀ ਆ ਵੇਜ਼ਿੰਗ ਇੱਥੋਂ ਦੀ ਕਰੰਸੀ ਆ ਰੇਨਮਿਨ ਵੀ ਇੱਥੋਂ ਦੇ ਪ੍ਰੈਜ਼ੀਡੈਂਟ ਆ ਜੀ ਜਿਨਪਿੰਗ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਪੁਰਸ਼ ਹਾਕੀ ਏਸ਼ੀਆ ਕੱਪ 2022 ਦਾ ਖਿਤਾਬ ਕਿਸ ਨੇ ਜਿੱਤਿਆ ਹਾਂਜੀ ਪੁਰਸ਼ ਹਾਕੀ ਏਸ਼ੀਆ ਕੱਪ 2022 ਦਾ ਖਿਤਾਬ ਜਿੱਤਿਆ ਹੈ ਸਾਊਥ ਕੋਰੀਆ ਨੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ हाल ही ਵਿੱਚ ਕਿਸ ਦੇਸ਼ ਨੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ 2022 ਲਈ ਕੁਆਲੀਫਾਈ ਕੀਤਾ ਹਾਂਜੀ ਪਹਿਲੀ ਵਾਰ ਫੀਫਾ ਵਿਸ਼ਵ ਕੱਪ 2022 ਲਈ ਕੁਆਲੀਫਾਈ ਕੀਤਾ ਸਾਡੇ ਦੇਸ਼ ਭਾਰਤ ਨੇ অপਸ਼ਨ A ਇਜ਼ ਦਾ রাইਟ ਆਂਸਰ ਅਗਲਾ ਪ੍ਰਸ਼ਨ ਕਿਸ ਰਾਜ ਨੇ ਹਾਲ ਹੀ ਵਿੱਚ ਖੇਲੋ ਇੰਡੀਆ ਯੂਥ ਗੇਮਸ 2021 ਦਾ ਉਦਘਾਟਨ ਕੀਤਾ ਹਾਂਜੀ ਖੇਲੋ ਇੰਡੀਆ ਯੂਥ ਗੇਮਸ 2021 ਦਾ ਉਦਘਾਟਨ ਕੀਤਾ ਹਰਿਆਣਾ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਹੈ ਜੀ ਹਾਲ ਹੀ ਵਿੱਚ ਅਗਨੀ ਪਥ ਭਰਤੀ ਯੋਜਨਾ ਤਹਿਤ ਨੌਜਵਾਨਾਂ ਨੂੰ ਕਿੰਨੇ ਸਾਲਾਂ ਲਈ ਫੌਜ ਵਿੱਚ ਭਰਤੀ ਕੀਤਾ ਜਾਵੇਗਾ ਹਾਂਜੀ ਇਸ ਦਾ ਆਂਸਰ ਤਾਂ ਤੁਹਾਨੂੰ ਸਭ ਨੂੰ ਹੀ ਪਤਾ ਹੋਣਾ ਅਗਨੀ ਪਥ ਭਰਤੀ ਯੋਜਨਾ ਤਹਿਤ ਨੌਜਵਾਨਾਂ ਨੂੰ 4 ਸਾਲਾਂ ਦੇ ਲਈ ਫੌਜ ਦੇ ਵਿੱਚ ਭਰਤੀ ਕੀਤਾ ਜਾਵੇਗਾ অপਸ਼ਨ ਵੀ ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ हाल ही ਵਿੱਚ ਨੀਰਤ ਚੋਪੜਾ ਨੇ ਕਿੰਨੇ ਮੀਟਰ ਜੈਵਲਿਨ ਥਰੋ ਕਰਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹਾਂਜੀ ਨੀਰਤ ਚੋਪੜਾ ਇਹ ਭਾਰਤੀ 골ਡ ਮੈਡਲ ਵੀ ਜਿੱਤਾਂ ਨੇ ਜਿਨ੍ਹਾਂ ਨੇ ਪਹਿਲੀ ਵਾਰ ਜੈਵਲਿਨ ਥਰੋ ਕਰਕੇ ਰਿਕਾਰਡ ਬਣਾਇਆ ਸੀ ਜਾਂ ਮੈਡਲ 골ਡ ਮੈਡਲ ਜਿੱਤ ਕੇ ਲੈ ਕੇ ਆਏ ਸੀ ਸਾਡੇ ਇੰਡੀਆ ਦੇ ਲਈ ਤਾਂ ਨੀਰਤ ਚੋਪੜਾ ਨੇ ਜੈਵਲਿਨ ਥਰੋ ਕੀਤਾ ਸੀਗਾ ਜਿਹੜਾ ਇਹ ਕੀਤਾ ਸੀ ਜੀ 99. 30 ਆਪਸ਼ਨ D ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹੈ ਜੀ ਕਿਸ ਦੇਸ਼ ਦੀ ਸਾਵਾ ਝੀਲ ਜਲ ਸੰਕਟ ਕਾਰਨ ਸੁੱਕ ਗਈ ਹੈ ਹਾਂਜੀ ਜਲ ਸੰਕਟ ਦੇ ਕਾਰਨ ਕਿਹੜੇ ਦੇਸ਼ ਦੀ ਸਾਵਾ ਝੀਲ ਸੁੱਕੀ ਆ ਇਰਾਕ ਦੀ ਆਪਸ਼ਨ A ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ FIFA ਨੇ ਅੰਡਰ 17 ਮਹਿਲਾ ਵਿਸ਼ਵ ਕੱਪ ਕਿਸ ਦੇਸ਼ ਵਿੱਚ ਆਯੋਜਿਤ ਕੀਤਾ ਹਾਂਜੀ FIFA ਨੇ ਅੰਡਰ 17 ਮਹਿਲਾ ਵਿਸ਼ਵ ਕੱਪ ਕਿਹੜੇ ਦੇਸ਼ ਦੇ ਵਿੱਚ ਆਯੋਜਿਤ ਕੀਤਾ ਤਾਂ ਇਹ ਕੀਤਾ ਜੀ ਇੰਡੀਆ ਦੇ ਵਿੱਚ ਆਪਸ਼ਨ A ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਉਨਮੇਸ਼ ਇੰਟਰਨੈਸ਼ਨਲ ਲਿਟਰੇਚਰ ਫੈਸਟੀਵਲ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਹਾਂ ਹਾਂਜੀ ਉਮੇਸ਼ ਉਨਮੇਸ਼ ਇੰਟਰਨੈਸ਼ਨਲ ਲਿਟਰੇਚਰ ਫੈਸਟੀਵਲ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਇਆ ਆਪਸ਼ਨ C ਇਜ਼ ਦਾ ਰਾਈਟ ਆਨਸਰ ਹੁਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਇਆ ਤਾਂ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਕੀ ਆ ਦੋ ਕੈਪੀਟਲ ਆ ਇੱਕ ਸਿਮਲਾ ਤਾਂ ਇਹ ਸਰਮਰ ਕੈਪੀਟਲ ਆ ਇੱਕ ਧਰਮਸਾਲਾ ਵਿੰਟਰ ਕੈਪੀਟਲ ਆ ਅਗਲਾ ਪ੍ਰਸ਼ਨ ਹਾਲ ਹੀ ਵਿੱਚ 14ਵਾਂ ਬ੍ਰਿਕਸ ਸੰਮੇਲਨ ਕਿੱਥੇ ਸ਼ੁਰੂ ਹੋਇਆ ਹਾਂ ਹਾਂਜੀ 14ਵਾਂ ਬ੍ਰਿਕਸ ਸੰਮੇਲਨ ਕਿੱਥੇ ਸ਼ੁਰੂ ਹੋਇਆ ਤਾਂ ਇਹ ਸ਼ੁਰੂ ਹੋਇਆ ਵਾ ਵਿਜ਼ਿੰਗ ਦੇ ਵਿੱਚ ਚਾਈਨਾ ਦੀ ਕੈਪੀਟਲ ਵਿਜ਼ਿੰਗ ਦੇ ਵਿੱਚ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਕਿਸ ਨੇ ਹਾਲ ਹੀ ਵਿੱਚ ਸ਼ਯਦ ਮੋਦੀ ਬੈਡਮਿੰਟਨ 2022 ਦਾ ਖਿਤਾਬ ਜਿੱਤੇ ਆ ਹਾਂਜੀ ਸ਼ਯਦ ਮੋਦੀ ਵਿਡਮਿੰਟਨ 2022 ਦਾ ਖਿਤਾਬ ਜਿੱਤੇ ਆ ਪੀ ਵੀ ਸਿੰਦੂ ਨੇ অপਸ਼ਨ ਡੀ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਓਡੀਆਈ ਕ੍ਰਿਕਟ ਵਿੱਚ ਸਭ ਤੋਂ ਵੱਧ 498 ਦੌੜਾਂ ਬਣਾਉਣ ਦਾ ਰਿਕਾਰਡ ਤੋੜਿਆ ਹਾਂਜੀ ਓਡੀਆਈ ਕ੍ਰਿਕਟ ਦੇ ਵਿੱਚ ਸਭ ਤੋਂ ਵੱਧ ODI ਦਾ ਮਤਲਬ ਕੀ ਹੈ ਵੈਸੇ ਇੱਥੇ ਵਨ ਡੇ ਠੀਕ ਹੈ ਤਾਂ ODI ক্রিকেট ਵਿੱਚ ਸਭ ਤੋਂ ਵੱਧ 498 ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਤੋੜਿਆ ਹੈ ਇੰਗਲੈਂਡ ਨੇ অপਸ਼ਨ B ਇਜ਼ ਦਾ ਰਾਈਟ ਆਨਸਰ ਇੰਗਲੈਂਡ ਨੇ ਨੀਦਰਲੈਂਡ ਦੇ ਖਿਲਾਫ ਇਹ 498 ਰਨ ਦਾ ਵਰਲਡ ਰਿਕਾਰਡ ਬਣਾਇਆ ਇਸ ਤੋਂ ਪਹਿਲਾਂ 2018 ਦੇ ਵਿੱਚ 481 ਰਨ ਦਾ ਰਿਕਾਰਡ ਬਣਾਇਆ ਸੀ ਤੇ ਇਹ ਰਿਕਾਰਡ ਤੋੜਿਆ ਵਾ ਠੀਕ ਹੈ ਇੰਗਲੈਂਡ ਨੇ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਆ ਜੀ ਹਾਲ ਹੀ ਵਿੱਚ ਨੀਰਜ ਚੋਪੜਾ ਨੇ ਫਿਨਲੈਂਡ ਵਿੱਚ 2022 ਕੁਆਰਟਨ ਖੇਡਨਾ ਵਿੱਚ ਕਿਹੜਾ ਮੈਡਲ ਜਿੱਤਿਆ ਹਾਂਜੀ ਨੀਰਜ ਚੋਪੜਾ ਨੇ ਕਿਹੜਾ ਮੈਡਲ ਜਿੱਤਿਆ ਹੈ ਕਿਹੜਾ ਦੇ ਵਿੱਚ ਤਾਂ ਹੀ ਜਿੱਤ ਕੇ ਆਈ ਹੈ ਜੀ ਮੈਡਲ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣ ਹਾਂਜੀ অপশন বি গোল্ড ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ অপশন ਬੀ ਇਸ ਦਾ ਰਾਈਟ ਆਨਸਰ ਹੈ গোল্ড ਮੈਡਲ ਜਿੱਤੇ ਆ ਇਹਨਾਂ ਨੇ ਇਹਨਾਂ ਨੇ 올림픽ਸ ਦੇ ਵਿੱਚ ਵੀ ਜਿੱਤਿਆ ਵਾ ਤੇ 2022 ਦੀਆਂ ਕੋਲਟਨ ਦੇ ਵਿੱਚ ਵੀ ਜਿੱਤਿਆ ਵਾ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਤੇ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਵੈਸੇ ਨੀਰ ਚੋਪੜਾ ਦੀ ਜੇ ਆਪਾਂ ਗੱਲ ਕਰੀਏ ਇਹਨਾਂ ਨੇ ਜਿਹੜੀਆਂ ਕੋਲਟਨ ਖੇਡਾਂ ਹੋਈਆਂ ਨੇ ਫਿਨਲੈਂਡ ਦੇ ਵਿੱਚ 86.69 ਮੀਟਰ ਜੈਵਲਿਨ ਥਰੋ ਕਰਕੇ 2022 ਕੁਆਟਰਨ ਖੇਡਾਂ ਦੇ ਵਿੱਚ 골ਡ ਮੈਡਲ ਜਿੱਤੇ ਆ ਤੇ ਰੀਸੈਂਟਲੀ ਮੈਂ ਤੁਹਾਨੂੰ ਦੱਸਿਆ ਇਹ ਜਿਹੜੀਆਂ ਮੈਂ ਤੁਹਾਨੂੰ ਨੀਰਜ ਚੋਪੜਾ ਬਾਰੇ 89.30 ਮੀਟਰ ਬਾਰੇ ਦੱਸਿਆ ਸੀ ਪਹਿਲਾਂ ਆਪਾਂ ਉੱਪਰ ਗੱਲ ਕੀਤੀ ਆ ਤੇ 14 ਜੂਨ 2022 ਨੂੰ ਪਾਬੋ ਨੁਰਮੀ ਗੇਮਸ ਦੇ ਵਿੱਚ ਨੀਰਜ ਚੋਪੜਾ ਨੇ 89.30 ਮੀਟਰ ਜੈਵਲਿਨ ਥ्रो ਕਰਕੇ ਆਪਣਾ ਖੁਦ ਦਾ ਹੀ ਰਿਕਾਰਡ ਤੋੜਿਆ ਸੀ ਠੀਕ ਹੈ ਅਗਲਾ ਪ੍ਰਸ਼ਨ हाल ही ਵਿੱਚ ਅਮਰੀਕਾ ਮੈਕਸੀਕੋ ਅਤੇ ਕਿਹੜਾ ਦੇਸ਼ FIFA ਵਿਸ਼ਵ ਕੱਪ 2026 ਦੀ ਮੇਜ਼ਬਾਨੀ ਕਰੇਗਾ ਹਾਂਜੀ FIFA ਵਿਸ਼ਵ ਕੱਪ 2026 ਇਸ ਦੀ ਮੇਜ਼ਬਾਨੀ ਕਰਨਗੇ ਅਮਰੀਕਾ ਮੈਕਸੀਕੋ ਅਤੇ ਕੈਨੇਡਾ ਆਪਸ਼ਨ ਸੀ ਇਸ ਆ ਰਾਈਟ ਆਨਸਰ ਕੈਨੇਡਾ ਦੀ ਕੈਪੀਟਲ ਕੀ ਆ ਓਟਾਵਾ ਇਥੋਂ ਦੀ ਕਰੰਸੀ ਆ ਕੈਨੇਡੀਅਨ ਡਾਲਰ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਜਸਟਿਨ ਟਰੂਡੋ ਅਗਲਾ ਪ੍ਰਸ਼ਨ ਹਾਲ ਹੀ ਵਿੱਚ हाल ही ਵਿੱਚ ਫੁੱਟਬਾਲ ਵਿੱਚ ਪੰਜਵਾਂ ਸਭ ਤੋਂ ਵੱਧ ਗੋਲ ਕਰਨ ਵਾਲਾ ਵਿਅਕਤੀ ਕੌਣ ਬਣਿਆ ਹਾਂਜੀ ਫੁੱਟਬਾਲ ਦੇ ਵਿੱਚ ਪੰਜਵਾਂ ਸਭ ਤੋਂ ਵੱਧ ਗੋਲ ਕਰਨ ਵਾਲਾ ਵਿਅਕਤੀ ਬਣਿਆ ਏ ਸੁਨੀਲ ਸੇਤਰੀ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਇਹਨਾਂ ਨੇ 129 ਮੈਚਾਂ ਦੇ ਵਿੱਚ 84 ਗੋਲ ਕੀਤੇ ਆ ਠੀਕ ਹੈ ਅਗਲਾ ਪ੍ਰਸ਼ਨ ਹੈ ਕਿ ਇਸ ਦੇਸ਼ ਦੀ ਮਹਿਲਾ ਕੁਸ਼ਤੀ ਟੀਮ ਨੇ ਹਾਲ ਹੀ ਵਿੱਚ ਅੰਡਰ 17 ਏਸ਼ੀਆਈ ਚੈਂਪੀਅਨਸ਼ਿਪ ਜਿੱਤੀ ਹਾਂਜੀ ਮਹਿਲਾ ਕੁਸ਼ਤੀ ਟੀਮ ਕਿਹੜੇ ਦੇਸ਼ ਦੀ ਨੇ ਕਿਹੜੇ ਦੇਸ਼ ਦੀ ਟੀਮ ਆ ਮਹਿਲਾ ਕੁਸ਼ਤੀ ਟੀਮ ਜਿਸ ਨੇ ਅੰਡਰ 17 ਏਸ਼ੀਆਈ ਚੈਂਪੀਅਨਸ਼ਿਪ ਜਿੱਤੀ ਆ ਤਾਂ ਇਹ ਹੈਗੇ ਆ ਜੀ ਇੰਡੀਆ ਦੀ ਠੀਕ ਹੈ ਇੰਡੀਆ ਦੀ ਟੀਮ ਨੇ ਜਿੱਤੀ ਆ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਅਸੀਂ ਕਰਦੇ ਆ ਹਾਲ ਹੀ ਵਿੱਚ 26ਵੇਂ ਸਿੰਧੂ ਯਾਤਰਾ ਕਿੱਥੇ ਸ਼ੁਰੂ ਹੋਈ ਹਾਂਜੀ 26ਵੇਂ ਸਿੰਧੂ ਯਾਤਰਾ ਵਾ ਜਿਹੜੀ ਇਹ ਲਦਾਖ ਦੀ ਕੈਪੀਟਲ ਲੇ ਦੇ ਵਿੱਚ ਸ਼ੁਰੂ ਹੋਈ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਅੰਤਰਰਾਸ਼ਟਰੀ 올림픽 ਦਿਵਸ ਕਦੋਂ ਮਨਾਇਆ ਗਿਆ ਹਾਂਜੀ ਅੰਤਰਰਾਸ਼ਟਰੀ 올림픽 ਦਿਵਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਮਨਾਇਆ ਗਿਆ ਹੈ 23 ਜੂਨ ਨੂੰ 23 ਜੂਨ ਨੂੰ ਅੰਤਰਰਾਸ਼ਟਰੀ 올림픽 ਦਿਵਸ ਮਨਾਇਆ ਗਿਆ ਹਾਂਜੀ 23 ਜੂਨ ਨੂੰ ਅੰਤਰਰਾਸ਼ਟਰੀ 올림픽 ਦਿਵਸ ਮਨਾਇਆ ਗਿਆ ਵਾਂ ਇਹ ਦਿਨ ਮੌਖ ਰੂਪ ਵਿੱਚ ਆਧੁਨਿਕ 올림픽 ਖੇਡਾਂ ਦੇ ਜਨਮ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ ਅਸਲ ਦੇ ਵਿੱਚ 23 ਜੂਨ ਨੂੰ ਇੰਟਰਨੈਸ਼ਨਲ 올림픽 ਕਮੇਟੀ ਦੀ ਸਥਾਪਨਾ ਹੋਈ ਸੀ ਇਸ ਲਈ 23 ਜੂਨ ਨੂੰ ਅੰਤਰਰਾਸ਼ਟਰੀ 올림픽 ਦਿਵਸ ਮਨਾਇਆ ਜਾਂਦਾ ਸਥਾਪਨਾ ਹੋਈ ਕਦੋਂ ਸੀ 23 ਜੂਨ 1800 23 ਜੂਨ 1894 ਨੂੰ ਇਸ ਦਾ ਹੈੱਡਕ quartਰ ਸਵਿਟਜ਼ਰਲੈਂਡ ਦੇ ਲੋਸਾਨੇ ਦੇ ਵਿੱਚ ਤੇ ਐਟ ਪ੍ਰੈਜ਼ੀਡੈਂਟ ਇਸ ਦੇ ਪ੍ਰੈਜ਼ੀਡੈਂਟ ਕੌਣ ਨੇ ਥੋਮਸ ਵਾਕ ਤੇ ਇਹ ਜਿਹੜੀ ਜਿਹੜਾ ਇਹ ਦਿਨ ਮਨਾਇਆ ਗਿਆ ਵਾ 23 ਜੂਨ ਨੂੰ ਅੰਤਰਰਾਸ਼ਟਰੀ 올림픽 ਡੇ ਇਸਦੀ ਥੀਮ ਕੀ ਆ ਟੁਗੇਦਰ ਫॉर ਅ ਪੀਸਫੁਲ ਵਰਲਡ ਠੀਕ ਹੈ ਤੇ 23 ਜੂਨ 23 ਜੂਨ ਨੂੰ ਸੰਜੋਗਤ ਰਾਸ਼ਟਰ ਲੋਕ ਸੇਵਾ ਦਿਵਸ ਵੀ ਮਨਾਇਆ ਜਾਂਦਾ ਇਹ ਵੀ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਦਰਮਿਆਨਨੇ ਅਤੇ ਭਾਰੀ ਬਾਹਣਾ ਲਈ ਬਾਹਣਾ ਤੇ ਪਾਬੰਦੀ ਲਗਾਈ ਹਾਂਜੀ ਦਰਮਿਆਨੇ ਅਤੇ ਪਾਹਰੇ ਬਾਣਾ ਤੇ ਜਿਹੜੀ ਪਾਬੰਦੀ ਆ ਇਹ ਕਿਹੜੀ ਰਾਜ ਸਰਕਾਰ ਨੇ ਲਗਾਈ ਆ ਤਾਂ ਹੀ ਲਗਾਈ ਆ ਜੀ ਦਿੱਲੀ ਦੀ ਗਵਰਨਮੈਂਟ ਨੇ ਦੇਖੋ ਦਿੱਲੀ ਦੀ ਗਵਰਨਮੈਂਟ ਨੇ ਦਰਮਿਆਨੇ ਅਤੇ ਪਾਹਰੇ ਬਾਣਾ ਦੀ ਤੇ ਪਾਬੰਦੀ ਲਗਾਈ ਆ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਪੋਲਿਊਸ਼ਨ ਉਹ ਤੁਹਾਨੂੰ ਪਤਾ ਹੈ ਕਿ ਜਿਵੇਂ ਦਿੱਲੀ ਪੋਲਿਊਸ਼ਨ ਦੇ ਮਾਮਲੇ ਦੇ ਵਿੱਚ ਪਹਿਲਾਂ ਟੌਪ ਤੇ ਸੀ ਉਸ ਨੂੰ ਘਟ ਕਰਨ ਦੇ ਲਈ ਇਹ ਜਿਹੜੀ ਪਾਬੰਦੀ ਆ ਲਗਾਈ ਗਈ ਸੀ ਠੀਕ ਹੈ ਜੀ ਦੇਖੋ ਅਸਲ ਦੇ ਵਿੱਚ ਦਿੱਲੀ ਦੇ ਵਿੱਚ ਨਵੰਬਰ ਫਰਵਰੀ ਤੱਕ ਜਿਹੜੀ 에ਅਰ ਕੁਆਲਿਟੀ ਆ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਆ ਹਰ ਇੱਕ ਸਾਲ ਤੇ ਇਸ ਕਰਕੇ ਦਿੱਲੀ ਨੇ ਪਹਿਲਾਂ ਹੀ ਪਾਵਨ ਦੀ ਲਗਾ ਦਿੱਤੀ ਸੀ ਤੇ ਹੁਣ ਦਿੱਲੀ ਟੌਪ 20 ਚੋਂ ਬਾਹਰ ਹੋ ਗਿਆ ਪੋਲਿਊਸ਼ਨ ਦੇ ਮਾਮਲੇ ਦੇ ਵਿੱਚ ਹੁਣ ਟੌਪ ਤੇ ਆ ਸਾਡੇ ਦੇਸ਼ ਭਾਰਤ ਦੇ ਵਿੱਚੋਂ ਮੁੰਬਈ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਸਭ ਤੋਂ ਵੱਧ ਸੌਰੀ ਸਭ ਤੋਂ ਵੱਧ ਲੰਬਾ ਪਦਮਾ ਪੁਲ ਦਾ ਉਦਘਾਟਨ ਕਿੱਥੇ ਹੋਇਆ ਹਾਂਜੀ ਸਭ ਤੋਂ ਜ਼ਿਆਦਾ ਲੰਬੇ ਪੁਲ ਦਾ ਉਦਘਾਟਨ ਕਿੱਥੇ ਕੀਤਾ ਗਿਆ ਹੈ ਤਾਂ ਉਦਘਾਟਨ ਹੋਇਆ ਹੈ ਜੀ ਬੰਗਲਾਦੇਸ਼ ਦੇ ਵਿੱਚ অপਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਬੰਗਲਾਦੇਸ਼ ਠੀਕ ਹੈ ਅਗਲਾ ਪ੍ਰਸ਼ਨ ਕਿਸ ਨੇ ਹਾਲ ਹੀ ਵਿੱਚ ਰਾਂਜੀ ਟਰਾਫੀ 2022 ਦਾ ਕਿਤਾਬ ਜਿੱਤਿਆ ਹਾਂਜੀ ਰਾਂਜੀ ਟਰਾਫੀ 2022 ਦਾ ਕਿਤਾਬ ਜਿੱਤਿਆ ਹੈ ਮੱਧ ਪ੍ਰਦੇਸ਼ ਨੇ অপਸ਼ਨ ਡੀ ਇਸ ザ রাইਟ ਆਂਸਰ ਮੱਧ ਪ੍ਰਦੇਸ਼ ਨੇ ਮੁੰਬਈ ਨੂੰ ਹਰਾ ਕੇ ਪਹਿਲੀ ਵਾਰ ਰਾਂਜੀ ਟਰਾਫੀ 2022 ਦਾ ਖਿਤਾਬ 6 ਬਿਕਟਾਂ ਨਾਲ ਹਰਾਇਆ ਠੀਕ ਹੈ ਮੁੰਬਈ ਨੂੰ ਜਿੱਤਿਆ ਰਾਂਜੀ ਟਰਾਫੀ ਕ੍ਰੇਲੂ ਪ੍ਰਥਮ ਸ੍ਰੈਣੀ ਦੀ ক্রিকেট ਚੈਂਪੀਅਨਸ਼ਿਪ ਵਿੱਚ ਦਿੱਤੀ ਜਾਂਦੀ ਆ ਅਗਲਾ ਪ੍ਰਸ਼ਨ ਹਾਲ ਹੀ ਵਿੱਚ 4 ਦਿਨਾਂ ਦਾ ਅੰਬੂਵਾਚੀ ਮੇਲਾ ਕਿੱਥੇ ਸ਼ੁਰੂ ਹੋਇਆ ਹਾਂਜੀ 4 ਦਿਨਾਂ ਦਾ ਜਿਹੜਾ ਅੰਬੂਵਾਚੀ ਮੇਲਾ ਵਾ ਇਹ ਕਿੱਥੇ ਸ਼ੁਰੂ ਹੋਇਆ ਇਹ ਸ਼ੁਰੂ ਹੁੰਦਾ ਵਾ ਜੀ ਅਸਮ ਦੇ ਅਸਮ ਦੇ ਗੁਹਾਟੀ ਦੇ ਵਿੱਚ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਅਸਮ ਦੇ ਗੁਹਾਟੀ ਦੇ ਵਿੱਚ ਮਾਂ ਕਮਾਖਿਆ ਮੰਦਿਰ ਦੇ ਵਿੱਚ ਇਹ ਸ਼ੁਰੂ ਹੁੰਦਾ ਵਾ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਮਿਸ ਇੰਡੀਆ ਵਰਲਡਵਾਈਡ 2022 ਦਾ ਤਾਜ ਕਿਸ ਨੂੰ ਦਿੱਤਾ ਗਿਆ ਹਾਂਜੀ ਮਿਸ ਇੰਡੀਆ ਵਰਲਡਵਾਈਡ 2022 ਦਾ ਖਿਤਾਬ ਦਿੱਤਾ ਗਿਆ ਹੈ ਖੁਸ਼ੀ ਪਟੇਲ ਨੂੰ ਆਪਸ਼ਨ C ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਸੌਂ ਜੋਉਂ ਤਿਹਾਰ ਕਿੱਥੇ ਮਨਾਇਆ ਗਿਆ ਵੈਰੀ ਇੰਪੋਰਟੈਂਟ ਹਾਂਜੀ ਸੌਂ ਜੋਉਂ ਤਿਹਾਰਾ ਜਿਹੜਾ ਇਹ ਗੋਆ ਵਿੱਚ ਮਨਾਇਆ ਗਿਆ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਗੋਆ ਦੇ ਵਿੱਚ ਇਸ ਨੂੰ ਦੋ ਸਾਲ ਬਾਅਦ ਮਨਾਇਆ ਜਾਂਦਾ ਇਸ ਨੂੰ ਸੈਂਟ ਜੋਨ ਮੈਪਿਸਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਦਿੱਲੀ ਹਾਈ ਕੋਰਟ ਦਾ ਚੀਫ ਜਸਟਿਸ ਕੌਣ ਬਣਿਆ ਹਾਂਜੀ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਬਣੇ ਆ ਕੌਣ ਬਣੇ ਆ ਸ਼ਤੀਸ਼ ਚੰਦਰ ਵੈਰੀ ਇੰਪੋਰਟੈਂਟ ਈ ਤੁਸੀਂ ਯਾਦ ਰੱਖਣਾ ਜਸਟਿਸ ਸਤੀਸ਼ ਚੰਦਰ ਦਿੱਲੀ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਬਣੇ ਆਪਸ਼ਨ A ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਮਹਾਰਾਸ਼ਟਰ ਦੇ ਵਿੱਚ ਔਰਗਾਬੰਦ ਜ਼ਿਲ੍ਹੇ ਦਾ ਨਾਮ ਬਦਲ ਕੇ ਕੀ ਰੱਖਿਆ ਗਿਆ ਹਾਂਜੀ ਮਹਾਰਾਸ਼ਟਰ ਦੇ ਵਿੱਚ ਔਰਗਾਵਾਦ ਜ਼ਿਲ੍ਹੇ ਦਾ ਨਾਮ ਬਦਲ ਕੇ ਰੱਖਿਆ ਗਿਆ ਸ਼ੰਭਾਜੀ ਨਗਰ অপশন সি ইজ দা রাইট आंसर ਜਿਵੇਂ ਕਿ ਤੁਹਾਨੂੰ ਪਤਾ ਹੈ ਰੀਸੈਂਟਲੀ ਮਹਾਰਾਸ਼ਟਰ ਵਿੱਚ ਰਾਜਨੀਤਿਕ ਸੰਕਟ ਚੱਲ ਰਿਹਾ ਹੈ ਉਸ ਰਾਜਨੀਤੀ ਦੇ ਬਾਅਦ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਸੀ ਉਦਵ ਠਾਕੁਰੇ ਇਹਨਾਂ ਨੇ ਅਸਤੀਫਾ ਦਿੱਤਾ ਪਰ ਅਸਤੀਫਾ ਦੇਣ ਤੋਂ ਪਹਿਲਾਂ ਔਰਗਾਵਾ ਜ਼ਿਲ੍ਹੇ ਦਾ ਨਾਮ ਇਹਨਾਂ ਨੇ ਬਦਲ ਕੇ ਸ਼ੰਭਾਜੀ ਨਗਰ ਕਰ ਦਿੱਤਾ ਠੀਕ ਹੈ ਅਗਲਾ ਪ੍ਰਸ਼ਨ ਆ ਕਿਸ ਭਾਰਤੀ ਸਾਹਿਤਕਾਰ ਨੂੰ ਹਾਲ ਹੀ ਵਿੱਚ 31ਵੇਂ ਸਰਸਵਤੀ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ 31ਵੇਂ ਸਰਸਵਤੀ ਸਨਮਾਨ ਦੇ ਨਾਲ ਕਿਹਨਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਜੀ ਕਾਰਤਿਕਿਆ ਸ਼ਰਮਾ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਨੀਰਜ ਚੋਪੜਾ ਨੇ ਹਾਲ ਹੀ ਵਿੱਚ ਡਾਇਮੰਡ ਲੀਗ ਮੀਟ ਵਿੱਚ ਕਿਹੜਾ ਮੈਡਲ ਜਿੱਤਿਆ ਹਾਂਜੀ ਡਾਇਮੰਡ ਲੀਗ ਮੀਟ ਦੇ ਵਿੱਚ ਨੀਰਜ ਚੋਪੜਾ ਨੇ ਕਿਹੜਾ ਮੈਡਲ ਜਿੱਤਿਆ ਤਾਂ ਇਹਨਾਂ ਨੇ ਜਿੱਤਿਆ ਹੈ ਜੀ ਹਾਂਜੀ ਸਿਲਵਰ ਮੈਡਲ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਆਈਪੀਐਸ ਅਧਿਕਾਰੀ ਗੌਰਵ ਜਾਦਵ ਨੇ ਨਵੇਂ ਕਾਰਜਕਾਰੀ ਡੀਜੀਪੀ ਬਣੇ ਹਨ ਕਿਹੜੇ ਰਾਜ ਦੇ ਬਣੇ ਹਨ ਤਾਂ ਇਹ ਬਣੇ ਹਨ ਪੰਜਾਬ ਰਾਜ ਦੇ ਆਈਪੀਐਸ ਗੌਰਵ ਜਾਦਵ ਇਹ ਨਵੇਂ ਕਾਰਜਕਾਰੀ ਡੀਜੀਪੀ ਬਣੇ ਆ ਪੰਜਾਬ ਦੇ ਅਗਲਾ ਪ੍ਰਸ਼ਨ ਹਰਜੋਤ ਸਿੰਘ ਬੈਂਸ ਕਿਸ ਰਾਜ ਦੇ ਨਵੇਂ ਸਿੱਖਿਆ ਮੰਤਰੀ ਬਣੇ ਹਨ ਹਾਂਜੀ ਹਰਜੋਤ ਸਿੰਘ ਬੈਂਸ ਕਿਹੜੇ ਰਾਜ ਦੇ ਨਵੇਂ ਸਿੱਖਿਆ ਮੰਤਰੀ ਆ ਤਾਂ ਇਹ ਆ ਜੀ ਪੰਜਾਬ ਰਾਜ ਦੇ ਆਪਸ਼ਨ ਸੀ ਇਸ ਆ ਰਾਈਟ ਆਨਸਰ ਹਾਂਜੀ ਹਰਜੋਤ ਸਿੰਘ ਬੈਂਸ ਕਿਸ ਰਾਜ ਦੇ ਨਵੇਂ ਸਿੱਖਿਆ ਮੰਤਰੀ ਬਣੇ ਹਰਜੋਤ ਸਿੰਘ ਬੈਂਸ ਪੰਜਾਬ ਰਾਜ ਦੇ ਨਵੇਂ ਸਿੱਖਿਆ ਮੰਤਰੀ ਬਣੇ অপਸ਼ਨ ਸੀ ਇਸ ਆ ਰਾਈਟ ਆਨਸਰ ਹਰਜੋਤ ਸਿੰਘ ਬੈਂਸ ਇਨਾਂ ਕੋਲੇ ਸਕੂਲੀ ਸਿੱਖਿਆ ਮੰਤਰਾਲਾ ਹਾਇਰ ਐਜੂਕੇਸ਼ਨ ਮੰਤਰਾਲਾ ਤਕਨੀਕੀ ਸਿੱਖਿਆ ਮੰਤਰਾਲਾ ਇੰਡਸਟਰੀਅਲ ਟ੍ਰੇਨਿੰਗ ਦਾ ਮੰਤਰਾਲਾ ਵੀ ਇਨਾਂ ਕੋਲੇ ਹੀ ਆ ਠੀਕ ਹੈ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਜਾਰੀ ਰਿਪੋਰਟ ਅਨੁਸਾਰ ਭਾਰਤ ਦੀ ਬੇਰੁਜ਼ਗਾਰੀ ਦਰ ਕਿੰਨੇ ਪ੍ਰਤੀਸ਼ਤ ਵਧ ਗਈ ਹਾਂਜੀ ਜਿਹੜੀ ਰੀਸੈਂਟਲੀ ਰਿਪੋਰਟ ਕੱਢੀ ਗਈ ਆ ਇਸ ਦੇ ਅਕੋਰਡਿੰਗ ਭਾਰਤ ਦੀ ਬੇਰੁਜ਼ਗਾਰੀ ਦਰ ਆ ਜਿਹੜੀ ਇਹ ਵਧੀ ਆ 7.8% ਆਪਸ਼ਨ ਸੀ ਇਜ਼ ザ ਰਾਈਟ ਆਂਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਘਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਵਾਧੂ ਚਾਰਜ ਕਿਸ ਨੂੰ ਮਿਲਿਆ ਹਾਂਜੀ ਘਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦਾ ਵਾਧੂ ਚਾਰਜ ਮਿਲਿਆ ਏ ਇਹ ਕਿੰਨਾਂ ਨੂੰ ਮਿਲਿਆ ਏ ਤੈਂ ਮਿਲਿਆ ਏ ਜੀ ਸਮ੍ਰਿਤੀ ਇਰਾਨੀ ਨੂੰ ਆਪਸ਼ਨ ਨੰਬਰ ਬੀ ਇਜ਼ ザ ਰਾਈਟ ਆਂਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਭਾਰਤੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਕੌਣ ਬਣਿਆ ਹਾਂਜੀ ਭਾਰਤੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ ਆ ਕੌਣ ਬਣੇ ਆ ਸੁਰਾਜਨ ਦਾਸ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਆਕਸ਼ੇ ਪੱਤ ਦੀ ਮੀਡੇ ਮੀਲ ਰਸੋਈ ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਸ਼ੇ ਪਾਤਰ ਦੀ ਮੀਟੇ ਮੂਲ ਰਸੋਈ ਦਾ ਜਿਹੜਾ ਉਦਘਾਟਨ ਆ ਇਹ ਕਿੱਥੇ ਕੀਤਾ ਹੈ ਤਾਂ ਇਹ ਉਦਘਾਟਨ ਕੀਤਾ ਹੈ ਜੀ ਬਾਰਾਨਸੀ ਚ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਖਰਚੀ ਉਤਸਵ ਕਿੱਥੇ ਸ਼ੁਰੂ ਹੋਇਆ ਹਾਂਜੀ ਖਰਚੀ ਉਤਸਵ ਆ ਜਿਹੜਾ ਇਹ ਤ੍ਰਿਪੁਰਾ ਦੇ ਵਿੱਚ ਸ਼ੁਰੂ ਹੋਇਆ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਵਿਜੇ ਕੁਮਾਰ ਜੰਜੂਆ ਨੂੰ ਕਿਸ ਰਾਜ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹਾਂਜੀ ਵਿਜੇ ਕੁਮਾਰ ਕੁਮਾਰ ਜੰਜੂਆ ਕਿਹੜੇ ਰਾਜ ਦੇ ਨਵੇਂ ਮੁੱਖ ਸਕੱਤਰ ਬਣੇ ਆ ਤਾਂ ਇਹ ਬਣੇ ਆ ਜੀ ਹਾਂਜੀ ਪੰਜਾਬ ਦੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਿਸ ਨੇ ਹਾਲ ਹੀ ਵਿੱਚ ਮੈਸੇਜ ਯੂਨੀਵਰਸ ਡਿਵਾਈਨ 2022 ਦਾ ਕਿਤਾਬ ਜਿੱਤਿਆ ਹਾਂਜੀ ਮੈਸੇਜ ਯੂਨੀਵਰਸ 2022 ਦਾ ਕਿਤਾਬ ਜਿੱਤਿਆ ਪਲਵੀ ਸਿੰਘ ਨੇ অপশন সি ইজ দা রাইট আনসার। আগলা প্রশ্ন हाल ही ਵਿੱਚ 44ਵੀਂਆ ਰਾਸ਼ਟਰੀ ਖੇਡਾਂ ਕਿੱਥੇ ਕਰਵਾਈਆਂ ਜਾਣਗੀਆਂ? हां जी 36ਵੀਂਆ 36ਵੀਂਆ ਰਾਸ਼ਟਰੀ ਖੇਡਾਂ ਕਿੱਥੇ ਕਰਵਾਈਆਂ ਜਾਣਗੀਆਂ? গুজরাট ਦੇ ਵਿੱਚ। অপশন বি ইজ দা রাইট আনসার। हां जी ਜੇਕਰ ਇੱਥੇ ਤੱਕ ਵੀਡੀਓ ਚੰਗੀ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿੱਤਾ ਜਾਵੇ। আগਲਾ প্রশ্ন ਕਿਸ ਦੇਸ਼ ਦੀ ਸਰਕਾਰ ਨੇ ਹਾਲ ਹੀ ਵਿੱਚ ਗੰਭੀਰ ਸੋਕੇ ਨੂੰ ਦੇਖਦੇ ਹੋਏ ਪੋ ਨਦੀ ਦੇ ਆਲੇ-ਦੁਆਲੇ ਦੇ ਪੰਜ ਉੱਤਰੀ ਖੇਤਰਾਂ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਇਟਲੀ ਦੀ ਗਵਰਨਮੈਂਟ ਨੇ ਗੰਭੀਰ ਸੋਕੇ ਨੂੰ ਦੇਖਦੇ ਹੋਏ ਪੋ ਨਦੀ ਦੇ ਆਲੇ-ਦੁਆਲੇ ਦੇ ਪੰਜ ਉੱਤਰੀ ਖੇਤਰਾਂ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਇਟਲੀ ਹੁਣ ਇਟਲੀ ਦੀ ਗਵਰਨਮੈਂਟ ਨੇ ਕੀਤਾ ਤਾਂ ਇਟਲੀ ਦੀ ਕੈਪੀਟਲ ਕੀ ਹੈ ਰੋਮ ਇਤੋਂ ਦੀ ਕਰੰਸੀ ਆ ਯੂਰੋ ਅਗਲਾ ਪ੍ਰਸ਼ਨ ਕਿਸ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਪਿਛਲੇ 15 ਸਾਲਾਂ ਵਿੱਚ ਭਾਰਤ ਦੀ ਕਪੋਸ਼ਿਤ ਆਬਾਦੀ 224.3 ਮਿਲੀਅਨ ਤੱਕ ਘਟ ਗਈ ਤਾਂ ਇਹ ਰਿਪੋਰਟ ਜਾਰੀ ਕੀਤੀ ਆ ਯੂਨਾਈਟਿਡ ਨੇਸ਼ਨ ਨੇ ਆਪਸ਼ਨ ਸੀ ਇਜ਼ ਆ ਰਾਈਟ ਆਨਸਰ ਜਾਨੀ ਕਿ ਸੰਯੁਕਤ ਰਾਸ਼ਟਰ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਦੇ ਅਕੋਰਡਿੰਗ 15 ਸਾਲਾਂ ਵਿੱਚ ਭਾਰਤ ਦੀ ਕੁਪੋਸ਼ਿਤ ਆਬਾਦੀ 224.3 ਮਿਲੀਅਨ ਤੱਕ ਘਟ ਗਈ ਆ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਬੇਰੁਜ਼ਗਾਰੀ ਦਰ ਜੂਨ 2022 ਵਿੱਚ ਕਿੰਨੇ ਪ੍ਰਤੀਸ਼ਤ ਤੱਕ ਵਧੀ ਹੈ ਹਾਂਜੀ ਜੂਨ 2022 ਤੱਕ ਬੇਰੁਜ਼ਗਾਰੀ ਦਰਾ ਜਿਹੜੀ 7.8% ਵਧ ਗਈ ਆ অপਸ਼ਨ B ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਿਸ ਨੇ ਹਾਲ ਹੀ ਵਿੱਚ 2022 ਵਿੰਡਰਡਨ ਪੁਰਸ ਓਪਨ ਕਿਤਾਬ ਜਿੱਤੇ ਆ ਹਾਂਜੀ 2022 ਵਿੰਬਲਨਡਨ ਪੁਰਸ 2020 ਓਪਨ ਕਿਤਾਬ ਜਿੱਤਿਆ ਏ ਇਹ ਜਿੱਤੇ ਆ ਨੋਵਾਕ ਡੋਕੋਵਿਕ ਨੇ অপਸ਼ਨ B ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਵਿਸ਼ਵ ਆਵਾਦੀ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਆਵਾਦੀ ਦਿਵਸ ਇਹ ਮਨਾਇਆ ਗਿਆ 11 ਜੁਲਾਈ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ T20 ਦੇ ਇਤਿਹਾਸ ਵਿੱਚ 500 ਡਾਂਟ ਗੇਂਦਾਂ ਸੁੱਟਣ ਵਾਲਾ ਪਹਿਲਾ ਗੇਂਦਵਾਜ਼ ਕੌਣ ਬਣਿਆ ਹਾਂਜੀ 500 ਗੇਂਦਾਂ ਸੁੱਟਣ ਵਾਲਾ T20 ਦੇ ਇਤਿਹਾਸ ਵਿੱਚ ਪਹਿਲਾ ਗੇਂਦਵਾਜ਼ ਬਣਿਆ ਹੈ ਭੁਵਨੇਸ਼ਵਰ ਕੁਮਾਰ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ ODI ਵਿੱਚ 150 ਵਿਕਟਾਂ ਲੈਣ ਵਾਲਾ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼ ਕੌਣ ਬਣਿਆ ਹਾਂਜੀ ODI ਦੇ ਵਿੱਚ 150 ਵਿਕਟਾਂ ਲੈਣ ਵਾਲੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼ ਬਣਿਆ ਕੌਣ ਬਣਿਆ ਇਹ ਬਣਿਆ ਮੁਹੰਮਦ ਸ਼ਾਮੀ অপਸ਼ਨ ਬੀ ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੂੰ ਸੁਪਰੀਮ ਆਰਡਰ ਆਫ ਏ ਕ੍ਰਾਈਸੈਥਮਸ ਨਾਲ ਮਰਨ ਉਪਰੰਤ ਸਨਮਾਨਿਤ ਕੀਤਾ ਹਾਂਜੀ ਕਿਹੜੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਆ ਤਾਂ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਆ ਸੁਪਰੀਮ ਜਿਨ੍ਹਾਂ ਨੂੰ ਸੁਪਰੀਮ ਆਰਡਰ ਆਫ ਦੀ ਕ੍ਰਾਈਸੈਥਮ ਨਾਲ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ ਆਪਸ਼ਨ ਡੀ ਇਜ਼ ザ ਰਾਈਟ ਆਂਸਰ ਅਗਲਾ ਪ੍ਰਸ਼ਨ ਆ ਜੀ ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਤੇਜ਼ ਗ੍ਰਾਫਿਕ ਹਾਂਜੀ ਦੁਨੀਆ ਦਾ ਸਭ ਤੋਂ ਤੇਜ਼ ਗ੍ਰਾਫਿਕਸ ਕਿਸ ਨੇ ਜਿੱਤਿਆ ਦੁਨੀਆ ਦਾ ਸਭ ਤੋਂ ਤੇਜ਼ ਡੀ ਰਾਮ ਗ੍ਰਾਫਿਕਸ ਇਹ ਜਿੱਤਿਆ ਹੈ ਕਿਸ ਨੇ ਜਿੱਤਿਆ ਹੈ ਤਾਂ ਇਹ ਜਿੱਤਿਆ ਹੈ Samsung ਨੇ অপਸ਼ਨ B ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕੇਸ ਰਾਜ ਨੂੰ ਹਾਲ ਹੀ ਵਿੱਚ ਟਾਈਮ ਮੈਗਜ਼ੀਨ ਦੇ 2022 ਵਿੱਚ ਵਿਸ਼ਵ ਦੇ 50 ਮਹਾਨ ਸਥਾਨਾਂ ਵਿੱਚ ਸ਼ਾਮਿਲ ਕੀਤਾ ਗਿਆ ਹਾਂਜੀ ਟਾਈਮ ਮੈਗਜ਼ੀਨ ਦੀ 2022 22 ਦੇ ਵਿਸ਼ਵ ਦੇ ਪੰਜਾਹ ਮਹਾਨ ਸਥਾਨਾਂ ਦੇ ਵਿੱਚ ਸ਼ਾਮਿਲ ਹੋਇਆ ਵਾ ਕਿਹੜਾ ਰਾਜ ਹੋਇਆ ਵਾ ਤੇ ਹੋਇਆ ਏ ਜੀ ਤੇਲੰਗਨਾ ਕੇਰਲ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਕੇਰਲ ਦੀ ਕੈਪੀਟਲ ਕੀ ਆ ਤ੍ਰਿਵੰਤਮਪੁਰਮ ਅਗਲਾ ਪ੍ਰਸ਼ਨ ਕਿਸ ਨੇ ਹਾਲ ਹੀ ਵਿੱਚ ਸਿੰਗਾਪੁਰ ਓਪਨ 2022 ਵਿੱਚ ਮਹਿਲਾ ਸਿੰਗਲ ਦਾ ਕਿਤਾਬ ਜਿੱਤੇ ਆ ਹਾਂਜੀ ਸਿੰਗਾਪੁਰ ਓਪਨ 2022 ਵਿੱਚ ਮਹਿਲਾ ਸਿੰਗਲ ਦਾ ਖਿਤਾਬ ਜਿੱਤਿਆ ਏ ਪੀਵੀ ਸਿੱਧੂ ਨੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਿ ਸੂਬੇ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਹਾਂਜੀ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋ ਇਹਨਾਂ ਦਾ ਰੀਸੈਂਟਲੀ ਦੇਹਾਂਤ ਹੋਇਆ ਵਾ ਤੇ ਕਿਹੜੇ ਸੂਬੇ ਦੇ ਆ ਪੰਜਾਬ ਦੇ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਿਸ ਰਾਜ ਨੇ ਹਾਲ ਹੀ ਵਿੱਚ ਭਾਰਤ ਵਿੱਚ ਪਹਿਲੀ ਡਿਜੀਟਲ ਲੋਕ ਅਦਾਲਤ ਸ਼ੁਰੂ ਕੀਤੀ ਹਾਂਜੀ ਭਾਰਤ ਦੀ ਪਹਿਲੀ ਡਿਜੀਟਲ ਲੋਕ ਅਦਾਲਤ ਸ਼ੁਰੂ ਕੀਤੀ ਆ ਰਾਜਸਥਾਨ ਰਾਜ ਨੇ অপਸ਼ਨ A ਇਸ ザ ਰਾਈਟ ਆਨਸਰ ਅਗਲਾ ਪ੍ਰਸ਼ਨ ਰਨਿਲ ਵਿਕਰਮ ਸਿੰਘੇ ਕਿਸ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਰਨਿਲ ਵਿਕਰਮ ਸਿੰਘੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਚੁਣੇ ਗਏ ਆ ਪਹਿਲਾਂ ਇਹ ਪ੍ਰਾਈਮ ਮਿਨਿਸਟਰ ਸੀ ਹੁਣ ਪ੍ਰਾਈਮ ਮਿਨਿਸਟਰ ਆ ਦਿਨੇਸ਼ ਗੁਣਵਰਦਨ অপশন বি ইজ দা রাইট आंसर अगला प्रश्न हाल ही ਵਿੱਚ 드롭ਦੀ ਮੁਰਮੂ ਕਿਹੜੇ ਦੇਸ਼ ਦੇ 15ਵੇਂ ਰਾਸ਼ਟਰਪਤੀ ਚੁਣੇ ਗਏ ਹਨ हां जी 드롭 드롭ਦੀ ਮੁਰਮੂ ਇਹ 15ਵੇਂ ਰਾਸ਼ਟਰਪਤੀ ਬਣਿਆ ਭਾਰਤ ਦੇ অপশন বি ইজ দা রাইট आंसर अगला प्रश्न ਹੈ ਜੀ 2028 ਦੀਆਂ 올림픽 ਖੇਡਾਂ ਦੀ ਮੇਜ਼ਬਾਨੀ ਕੌਣ ਕਰੇਗਾ हां जी 2028 ਦੀਆਂ 올림픽 ਖੇਡਾਂ ਦੀ ਮੇਜ਼ਬਾਨੀ ਕਰੇਗਾ ਲਾਸ ਐਂਜਲਸ ਨੰਬਰ ਸੀ ਇਸ ਦਾ ਰਾਈਟ ਆਨਸਰ ਯੂਐਸਏ ਦੇ ਵਿੱਚ ਆ ਲਾਸ ਐਂਜਲਸ ਤੇ 올림픽 ਅਤੇ ਪੈਰਾ 올림픽 ਦੋਨਾਂ ਦੀ ਹੀ ਮੇਜ਼ਬਾਨੀ ਕਰੇਗਾ ਠੀਕ ਹੈ ਲਾਸ ਐਂਜਲਸ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਆ ਜੀ ਅੱਛਾ ਇਹ ਤਾਂ ਅਸੀਂ 2028 ਦੀਆਂ ਕੀਤੀਆਂ ਤੇ 2024 ਦੀ ਵੀ ਤਾਂ ਕੋਸ਼ਣਾ ਹੋ ਚੁੱਕੀ ਆ 2024 ਦੇ ਵਿੱਚ ਕੌਣ ਕਰੇਗਾ ਗ੍ਰੀਥ ਕਰੇਗਾ ਇਹ ਵੀ ਮੈਂ ਯੂਐਸਏ ਦੇ ਵਿੱਚ ਹੀ ਆ ਤੇ ਜੇਕਰ ਅਸੀਂ ਗੱਲ ਕਰੀਏ 2023 ਦੀ ਤਾਂ ਇਹ ਕੌਣ ਕਰੇਗਾ ਫਰਾਂਸ ਕਰੇਗਾ ਅਗਲਾ ਪ੍ਰਸ਼ਨ ਭਾਰਤ ਦਾ ਹਾਲ ਹੀ ਵਿੱਚ ਚੀਤਿਆਂ ਨੂੰ ਲਿਆਉਣ ਲਈ ਕਿਸ ਦੇਸ਼ ਨਾਲ ਸਮਝੌਤਾ ਕੀਤਾ ਗਿਆ हां जी भारत ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ 11 ਚੀਤੇ ਆਏ ਸੀ ਨਾ ਬੀਬੀਆ ਦੇ ਵਿੱਚ ਆਏ ਸੀ অপਸ਼ਨ ਸੀ ਇਸ ਦਾ ਰਾਈਟ ਆਨਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ 11 ਨਵੰਬਰ ਨੂੰ 2022 ਦੇ ਵਿੱਚ 8 ਚੀਤੇ ਆਏ ਆ ਨਬੀਬੀਆ ਤੋਂ ਕਿੱਥੇ ਆਏ ਆ ਮੱਧ ਪ੍ਰਦੇਸ਼ ਦੇ ਕੂਨੂ نیشنل پارک ਦੇ ਵਿੱਚ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਕਿਸ ਨੂੰ ਮਰਨ ਉਪਰੰਤ ਵਾਰੀਸ਼ਾ ਅੰਤਰਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਮਰਨ ਤੋਂ ਬਾਅਦ ਵਾਰਿਸ਼ਾ ਅੰਤਰਰਾਸ਼ਟਰੀ ਅਵਾਰਡ ਮਿਲਿਆ ਵਾ ਸੁਭਦੀਪ ਸਿੰਘ ਸਿੱਧੂ ਨੂੰ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਇਹ ਪੰਜਾਬੀ ਗਾਇਕ ਸੀ ਜਿਨ੍ਹਾਂ ਨੂੰ ਸਿੱਧੂ ਮੂਸੇਵਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਏਡੀਬੀ ਨੇ 2022-23 ਵਿੱਚ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਕਿੰਨੇ ਪ੍ਰਤੀਸ਼ਤ ਲਗਾਇਆ ਹਾਂਜੀ ਏਡੀਬੀ ਏਡੀਬੀ ਨੇ ਦੋ ਭਾਰਤ ਦੀ 2022-23 ਦੀ ਜਿਹੜੀ ਵਿਕਾਸ ਦਰ ਆ ਇਸ ਦਾ ਅਨੁਮਾਨ ਕਿੰਨੇ ਪ੍ਰਤੀਸ਼ਤ ਲਗਾਇਆ ਵੈਰੀ ਇੰਪੋਰਟੈਂਟ ADB ਜਾਨੀ ਕਿ ਏਸ਼ੀਅਨ ਡਿਵੈਲਪਮੈਂਟ ਬੈਂਕ ਇਸ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 7.2% ਲਗਾਇਆ ਆਪਸ਼ਨ D ਇਸ ਦਾ C ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਸ੍ਰੀਲੰਕਾ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਕਿਸ ਨੇ ਸੌ ਚੁੱਕੀ ਹਾਂਜੀ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਕੌਣ ਨੇ ਦਿਨੇਸ਼ ਗੁਣਵਰਧਨ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਇਹ ਸ੍ਰੀਲੰਕਾ ਦੇ ਕੀ ਬਣੇ ਆ 15ਵੇਂ ਪ੍ਰਧਾਨ ਮੰਤਰੀ ਤੇ ਰਨਿਲ ਵਿਕਰਮ ਸਿੰਘ ਇਹ ਕਿੰਨਵੇਂ ਰਾਸ਼ਟਰਪਤੀ ਬਣੇ ਆ 9ਵੇਂ 14ਵੇਂ ਪ੍ਰਧਾਨ ਮੰਤਰੀ ਕੌਣ ਸੀ ਸ੍ਰੀਲੰਕਾ ਦੇ ਰਨਿਲ ਵਿਕਰਮ ਸਿੰਘ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੁਣ ਉਹ 9ਵੇਂ ਰਾਸ਼ਟਰਪਤੀ ਬਣ ਗਏ ਅਗਲਾ ਪ੍ਰਸ਼ਨ ਹਾਂਜੀ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਨੀਰਜ ਚੋਪੜਾ ਨੇ ਕਿਹੜਾ ਮੈਡਲ ਜਿੱਤਿਆ ਵਰਲਡ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚ ਨੀਰਜ ਚੋਪੜਾ ਨੇ ਮੈਡਲ ਜਿੱਤਿਆ ਵਾ ਕਿਹੜਾ ਮੈਡਲ ਜਿੱਤਿਆ সিলਵਰ অপਸ਼ਨ ਬੀ ਇਸ ਦਾ ਰਾਈਟ ਆਨਸਰ ਨੀਰਜ ਚੋਪੜਾ ਨੇ 80.88813 ਮੀਟਰ ਦੀ ਦੂਰੀ ਤੇ ਜੈਵਲਿਨ ਥਰੋ ਕਰਕੇ সিলਵਰ ਮੈਡਲ ਜਿੱਤਿਆ ਅਗਲਾ ਪ੍ਰਸ਼ਨ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਦੂਜਾ ਜੰਗਲੀ ਜੀਵ ਸੈਂਚਰੀ ਨੂੰ ਮਨਜ਼ੂਰੀ ਦਿੱਤੀ ਹਾਂਜੀ ਦੂਸਰੀ ਜੰਗਲ ਜੀਵ ਸੈਂਚੂਰੀ ਨੂੰ ਮਨਜ਼ੂਰੀ ਦਿੱਤੀ ਹੈ ਅਸਮ ਨੇ অপশন এ ইজ ザ রাইট आंसर ਅਸਮ ਦੀ ਬੈਰਾਕ ਘਾਟੀ ਨੂੰ ਜਲਦੀ ਹੀ ਦੂਸਰਾ ਜੰਗਲੀ ਜੀਵ ਸੈਂਚੂਰੀ ਮਿਲ ਜਾਣਾ ਹੈ ਠੀਕ ਹੈ ਜਾਂ ਕੋਸ਼ਿਸ਼ ਕੀਤਾ ਜਾਣਾ ਹੈ ਅਗਲਾ ਪ੍ਰਸ਼ਨ ਕੇਸ ਨੇ ਹਾਲ ਹੀ ਵਿੱਚ 2022 ਸਵਿਸ ਓਪਨ ਦਾ ਕਿਤਾਬ ਜਿੱਤਿਆ ਹਾਂਜੀ 2022 ਸਵਿਸ ਓਪਨ ਦਾ ਕਿਤਾਬ ਜਿੱਤਿਆ ਹੈ ਕਿੰਨਾ ਨੇ ਜਿੱਤਿਆ ਕੈਸਫਰ ਰੂਡ ਨੇ অপশন ਸੀ ਇਜ਼ ザ রাইਟ ਆਨਸਰ ਇਹ ਨਾਰਵੇ ਦੇ ਟੈਨਿਸ ਖਿਡਾਰੀ ਆ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ 8 ਲਿਖਿਆਂ ਵਿੱਚੋਂ ਪੰਜਾਬ ਰਾਜ ਦੇ ਨਵੇਂ ਐਡਵੋਕੇਟ ਜਨਰਲ ਕੌਣ ਨਿਯੁਕਤ ਕੀਤੇ ਗਏ ਹਾਂ ਜੀ ਪੰਜਾਬ ਰਾਜ ਦੇ ਨਵੇਂ ਐਡਵੋਕੇਟ ਜਨਰਲ ਬਣੇ ਆ ਕੌਣ ਬਣੇ ਆ ਤਾਂ ਇਹ ਬਣੇ ਆ ਜੀ ਵਿਨੋਦ ਕਈ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਕਾਰਗਿਲ ਵਿਜੇ ਦੇਵਸ ਕਦੋਂ ਮਨਾਇਆ ਗਿਆ ਹਾਂਜੀ ਕਾਰਗਲ ਵਿਜੇ ਜਿਵੇਂ ਕਿ ਤੁਹਾਨੂੰ ਪਤਾ ਹੈ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਕਾਰਗਿਲ ਦਾ ਜੰਦ ਹੋਇਆ ਸੀ 26 ਜੁਲਾਈ 1999 ਨੂੰ ਪਾਕਿਸਤਾਨ ਉੱਪਰ ਭਾਰਤ ਦੀ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਇਹਡੇ 26 ਜੁਲਾਈ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਭਾਰਤ ਦੁਆਰਾ ਹਾਲ ਹੀ ਵਿੱਚ ਕਿੰਨੀਆਂ ਨਵੀਆਂ ਰਾਮਸਰ ਸਾਈਟਾਂ ਨੂੰ ਮਨੋਨਿਤ ਕੀਤਾ ਗਿਆ ਹਾਂਜੀ ਭਾਰਤ ਦੁਆਰਾ ਚਾਰ ਰਾਮਸਰ ਸਾਈਟਾਂ ਨੂੰ ਮਨੋਨਿਤ ਕੀਤਾ ਗਿਆ ਇਹ ਤੁਸੀਂ ਯਾਦ ਰੱਖਣਾ অপਸ਼ਨ এ ਇਸ ਦਾ রাইট आंसर है 4 ঠিক আছে জি اگلا প্রশ্ন ਅਸੀਂ ਕਰਦੇ ਹਾਂ কমনওয়েਲਥ ਗੇਮਜ਼ ਵਿੱਚ ਭਾਰਤੀ ਝੰਡਾ ਬਰਦਾਰ ਕੌਣ ਖੋਣਗੇ हां जी ਭਾਰਤੀ ਝੰਡਾ ਬਰਦਾਰ ਹੋਣਗੇ ਪੀ ਵੀ ਸਿੱਧੂ কমনওয়েਲਥ ਦੇ ਵਿੱਚ অপਸ਼ਨ এ ਇਸ ਦਾ রাইট आंसर اگਲਾ ਪ੍ਰਸ਼ਨ ਕਿਹੜੇ ਦੇਸ਼ ਦੇ ਚੋਣ ਕਮਿਸ਼ਨਰ ਨੇ 17 ਸਾਲ ਬਾਅਦ ਵੋਟ ਅਪਲਾਈ ਕਰਨ ਦੇ ਆਦੇਸ਼ ਦਿੱਤੇ ਹਾਂਜੀ 17 ਸਾਲ ਬਾਅਦ ਵੋਟ ਅਪਲਾਈ ਕਰਨ ਦੇ ਆਦੇਸ਼ ਦਿੱਤੇ ਆ ਇੰਡੀਆ ਦੇ ਚੋਣ ਕਮਿਸ਼ਨਰ ਨੇ অপਸ਼ਨ A ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਹਾਲ ਹੀ ਵਿੱਚ ਸਰ ਵਿਨਸਟਨ ਚਰਚਿਲ ਅਵਾਰਡ ਕਿਸ ਨੂੰ ਦਿੱਤਾ ਗਿਆ ਹਾਂਜੀ ਸਰ ਵਿਨਸਟਨ ਚਰਚਿਲ ਅਵਾਰਡ ਇਹ ਕਿਹਨਾਂ ਨੂੰ ਦਿੱਤਾ ਗਿਆ ਹੈ ਇਹ ਦਿੱਤਾ ਗਿਆ ਹੈ ਜੀ ਬਲੋਡੀਮੀਰ ਜ਼ੇਲਨਸਕੀ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਯੂਕਰੇਨ ਦੇ ਪ੍ਰੈਜ਼ੀਡੈਂਟ ਆ ਇਹ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਦੂਜਾ ਸਹਲਾਣਾ ਅੰਤਰਰਾਸ਼ਟਰੀ ਰੇਜ਼ਰ ਅਵਾਰਡ 2022 ਕਿਸ ਨੂੰ ਮਿਲਿਆ ਹਾਂਜੀ ਦੂਜਾ ਸਹਲਾਣਾ ਅੰਤਰਰਾਸ਼ਟਰੀ ਰੇਜ਼ਰ ਅਵਾਰਡ 2022 ਇਹ ਮਿਲਿਆ ਹੈ ਔਰੰਗ ਨੈਸ਼ਨਲ ਪਾਰਕ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਐਸਐਮ ਦੇ ਵਿੱਚ ਆ ਅਸਮ ਦੇ ਵਿੱਚ 7 ਨੈਸ਼ਨਲ ਪਾਰਕ ਹੈ ਇਸ ਤੋਂ ਇਲਾਵਾ ਕਾਜੀ ਰੰਗਾ ਨੈਸ਼ਨਲ ਪਾਰਕ ਡਿਵਰੋਸੇ ਖੋਵਾ ਨੈਸ਼ਨਲ ਪਾਰਕ ਦੇਹਿੰਗ ਪਟਕਾਈ ਨੈਸ਼ਨਲ ਪਾਰਕ ਰੈਮੋਨਾ ਨੈਸ਼ਨਲ ਪਾਰਕ ਠੀਕ ਹੈ ਇਹ ਨੈਸ਼ਨਲ ਪਾਰਕ ਤੁਸੀਂ ਯਾਦ ਰੱਖਣੇ ਆ ਅਗਲਾ ਪ੍ਰਸ਼ਨ ਕਿਸ ਰਾਜ ਵਿੱਚ ਉਹ ਨਾਲੂ ਤਿਹਾਰ ਮਨਾਇਆ ਗਿਆ ਹਾਂਜੀ ਬੋਨਾਲੂ ਤਿਹਾਰ ਕਿਹੜੇ ਰਾਜ ਦੇ ਵਿੱਚ ਮਨਾਇਆ ਗਿਆ ਹੈ ਇਹ ਤੇਲੰਗਾਨਾ ਦੇ ਵਿੱਚ ਮਨਾਇਆ ਜਾਂਦਾ ਹੈ অপਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਇਹ ਤੁਸੀਂ ਯਾਦ ਰੱਖਣਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ